ਗਬਾਹ ਦਰ ਪਰਮ ਕਿਰਪਾਲਾਹ ਗੁਰ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਧਰੋਤਰਾ ਪਰ ਪੁੰਨ ਪੁੰਨ ਸੀ saji pona pona si sa bandam bar bar ekankara sat guru प्रसाद सच हो वाहे गुरु जी फते फतेह है बिघ्न बिना आसन सो वाहे गुरु जी की फते है विघ्न बिना आसन सो ਜੋ ਪਈ ਇਹ ਮਹਮਰੇ ਸਤ ਗੁਰ ਗੁਣਵੰਤੇ ਸਿੱਖ ਕੋ ਨੀ ਕੀ ਬਿਦ ਪਰਖੰਤੇ ਜਿਸ ਕਰ ਪਾਵੈ ਜਨ ਕਲਿਆਨ 임 உபਦੇਸ਼ਤ ਹਰਿਤ ਠਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜਗ ਅਟਲ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਤੇਲਕ ਤੇ ਜੰਜੂ ਦੇ ਰਾਖੇ ਸਤਗੁਰੂ ਨੋਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਕਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਯਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰਦੇ ਹੋ ਸਤਗੁਰਾਂ ਦੀ ਦਇਆ ਸਦਕਾ ਗੁਰੂ ਪਾਤਸ਼ਾਹ ਦੀ ਪਾਵਨ ਕਥਾ ਆਪਾਂ ਸਾਰਿਆਂ ਨੂੰ ਸਰਵਣ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋ ਰਿਹਾ ਹੈ ਇਸ ਵਾਸਤੇ ਸਤਗੁਰਾਂ ਦਾ ਰੋਮ ਰੋਮ ਕੋਟਾਨ ਕੋਟ ਸ਼ੁਕਰਾਨਾ ਹੈ ਲੱਖ ਲੱਖ ਵੇਰੀ ਸ਼ੁਕਰ ਹੈ ਕਿ ਸਾਡੇ ਕੋਈ ਭਾਗ ਸਵੱਲੇ ਕੇ ਸਾਨੂੰ ਸਤਿਗੁਰਾਂ ਦੀ ਉਪਮਾ ਕਰਨ ਤੇ ਸੁਣਨ ਦਾ ਇਹ ਸਮਾਂ ਪ੍ਰਾਪਤ ਹੋਇਆ ਹੈ ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਆਤਮ ਗਿਆਨ ਦਾ ਉਪਦੇਸ਼ ਦੇ ਰਹੇ ਨੇ ਪਿਛਲੇ ਪ੍ਰਕਰਨ ਵਿੱਚ ਦੱਸਿਆ ਹੈ ਕਿ ਨਿਸ਼ਕਾਮਤਾ ਕੀ ਹੈ ਨਿਰਧਨੀ ਕੌਣ ਹੈ ਧਨੀ ਕੌਣ ਹੈ ਇਸੇ ਤਰ੍ਹਾਂ ਪੰਜ ਤਰ੍ਹਾਂ ਦੇ ਕਰਮ ਦੱਸੇ ਨੇ ਗੁਰੂ ਬਾਰੇ ਦੱਸਿਆ ਕਿ ਬ੍ਰਹਮ ਨੇਸ਼ਟੀ ਬ੍ਰਹਮ ਸ਼ਰੋਤਰੀ ਗੁਰੂ ਹੈ ਅਧਿਕਾਰੀ ਕੌਣ ਹੈ ਉਹਦੇ ਚਾਰ ਸਾਧਨ ਦੱਸੇ ਨੇ ਵਿਰਾਗ ਬਵੇਕ ਖਟ ਸੰਪਤੀ ਗਟ ਸੰਪਤੀ ਦਾ ਵਿਸਥਾਰ ਕਰੀਏ ਤਾਂ ਉਹਦੇ ਵਿੱਚ ਗਿਣਤੀ ਆਉਂਦੀ ਹੈ ਸਮ ਦਮ ਸਮਾਧਾਨ ਉਪਰਤੀ ਤਤਿਸ਼ਾ ਸ਼ਰਧਾ ਤਾਂ ਇਸ ਤਰ੍ਹਾਂ ਉਹ ਗੁਣ ਆ ਜਾਂਦੇ ਹਨ ਫਿਰ ਅਖੀਰਲਾ ਚੌਥਾ ਸਾਧਨ ਹੈ ਮਮੁਖਸ਼ੂ ਹੋਣਾ ਇਹ ਸਾਰਾ ਵਿਸਥਾਰ ਆਪਾਂ ਪਿਛਲੇ ਪ੍ਰਸੰਗ ਵਿੱਚ ਸੁਣਿਆ ਇਹ ਵੀ ਸੁਣਿਆ ਹੈ ਕਿ ਬ੍ਰਹਮਨੇਸ਼ਟੀ ਬ੍ਰह्म श्रोत्री गुरु कौन है और ਕੱਲਾ ਬ੍ਰਹਮਨੇਸ਼ਟੀ ਜਿਹੜਾ ਹੈ ਉਹ ਵੀ ਨਹੀਂ ਤਾਰ ਸਕਦਾ ਤੇ ਕੱਲਾ ਬ੍ਰह्म श्रोत्री ਵੀ ਨਹੀਂ ਤਾਰ ਸਕਦਾ ਇਸ ਕਰਕੇ ਬ੍ਰह्म श्रोत्री ਦੇ ਨਾਲ ਨਾਲ ਬ੍ਰਹਮਨੇਸ਼ਟੀ ਹੋਣਾ অতি ਜ਼ਰੂਰੀ ਹੈ ਤੇ ਜਿੱਥੇ ਬ੍ਰਹਮਨੇਸ਼ਟੀ ਹੈ ਉੱਥੇ ਉਹਦੇ ਨਾਲ ਬ੍ਰह्म श्रोत्री ਹੋਣਾ ਵੀ ਜ਼ਰੂਰੀ ਹੈ ਸਾਡੇ ਸਤਿਗੁਰੂ ਜੀ ਪੂਰੇ ਸਤਿਗੁਰੂ ਜੀ ਹਨ ਉਹ ਬ੍ਰਹਮਨੇਸ਼ਤੀ ਵੀ ਨੇ ਬ੍ਰਹਮ ਸ਼ਰੋਤਰੀ ਵੀ ਨੇ ਸੋ ਐਸੇ ਦਿਆਲੂ ਸਤਿਗੁਰਾਂ ਦੇ ਪਾਵਨ ਸੰਬੰਧ ਵਿੱਚ ਜੋ ਵਿਚਾਰਾਂ ਸਨ ਉਹ ਪਿਆਰੇ ਭਾਈ ਦਇਆ ਸਿੰਘ ਜੀ ਦੀਆਂ ਆਪਾਂ ਸਰਵਣ ਕੀਤੀਆਂ ਹੋਰ ਵਿਚਾਰਾਂ ਵੀ ਦੱਸ ਰਹੇ ਨੇ ਅਧਿਕਾਰੀ ਕੌਣ ਹੈ ਸੇਵਾ ਕੀ ਹੈ ਆਓ ਮਨ ਵਰਤੀਆਂ ਇਕਾਗਰ ਕਰੀਏ ਸਤਿਗੁਰਾਂ ਦੇ ਪਾਵਨ ਜਸ ਨੂੰ ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਪਾਵਨ ਚਰਣਾ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਸਭੋ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਇਹ ਮਹਮਰੇ ਸਤ ਗੁਰ ਗੁਣਵੰਤੇ ਇਸ ਤਰ੍ਹਾਂ ਸਾਡੇ ਸਤ ਗੁਰੂ ਜੀ ਬੜੇ ਗੁਣਾ ਵਾਲੇ ਹਨ ਜਾ ਇਸ ਤਰ੍ਹਾਂ ਕਹਿ ਲਈਏ ਸਾਰੇ ਗੌਣੀ ਸਤਿਗੁਰਾਂ ਦੇ ਹਿਰਦੇ ਚਉਤਪਨ ਹੁੰਦੇ ਹਨ ਪੂਰੇ ਸਤਿਗੁਰੂ ਬ੍ਰਹਮਨੇਸ਼ਟੀ ਤੇ ਬ੍ਰਹਮ ਸ਼ਰੋਤਰੀ ਹਨ ਜੋ ਆਪਣੇ ਸਿੱਖ ਦੀ ਅਵਸਥਾ ਵੇਖ ਕੇ ਉਸ ਨੂੰ ਉਪਦੇਸ਼ ਦਿੰਦੇ ਨੇ ਜੈਸਾ ਕੋਈ ਅਧਿਕਾਰੀ ਹੁੰਦਾ ਹੈ ਉਹਨੂੰ ਤੈਸਾ ਉਪਦੇਸ਼ ਬਖਸ਼ ਕੇ ਨਿਹਾਲ ਕਰਦੇ ਹਨ ਗੁਰੂ ਖਾਲਸਾ ਜੀ ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ ਇੱਕ ਡੱਗੀ ਵਾਲਾ ਵਪਾਰੀ ਟੁਰਿਆ ਆਉਂਦਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸਤਿਗੁਰਾਂ ਆਖਿਆ ਕੀ ਕਰਦਾ ਹੁੰਨਾ ਕਹਿੰਦਾ ਜੀ ਲੂਣ ਖਾਂਡਾ ਟਾਏ ਵੇਚਦਾ ਹੁੰਨਾ ਪਾਤਸ਼ਾਹ ਕਹਿੰਦੇ ਕਿਸ ਸ਼ਹਿਰ ਨਾਲ ਤੋਲ ਕੇ ਦਿੰਨਾ ਵੱਟੇ ਬਖਾਣ ਲੱਗਾ ਸਭ ਤੋਂ ਛੋਟਾ ਵੱਟਾ ਪਾਈਆ ਦਾ ਸੀ ਗਰੀਬਨਵਾਜ਼ ਪਾਤਸ਼ਾਹ ਨੇ ਆਖਿਆ ਇਹ ਧੰਨ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਛੋਟਾ ਸਦਉਂਦਾ ਬਸ ਕਿਰਪਾ ਦ੍ਰਿਸ਼ਟੀ ਕੀਤੀ ਉਸ ਵਪਾਰੀ ਨੂੰ ਬ੍ਰਹਮ ਗਿਆਨ ਬਖਸ਼ ਦਿੰਦਾ। ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਤੁਹਾਨੂੰ ਪਹਿਲਾਂ ਮਿਲਿਆ ਨਹੀਂ ਕੋਈ ਇਹਨੇ ਸਾਧਨਾ ਨਹੀਂ ਕੀਤੀ ਕੋਈ ਸੇਵਾ ਟਹਿਲ ਨਹੀਂ ਕੀਤੀ ਅੱਜ ਹੀ ਮਿਲਿਆ ਅੱਜ ਹੀ ਨਿਹਾਲ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਦੀਵਾ ਤਿਆਰ ਸੀ ਬੱਤੀ ਵੀ ਪਈ ਹੋਈ ਸੀ ਤੇਲ ਵੀ ਸੀ ਅਸੀਂ ਤਾਂ ਬਸ ਜੋਤ ਲਾ ਕੇ ਉਸ ਨੂੰ ਜਗਾਇਆ ਹੈ। ਉਹਨ ਦਿੱਸਦਾ ਦੀਵਾ ਬਣ ਗਿਆ ਉਹਨੂੰ ਬ੍ਰह्म ਗਿਆਨ ਦੇ ਉਪਦੇਸ਼ ਦੀ ਜ਼ਰੂਰਤ ਹੁੰਦੀ ਹੈ ਜਿਸ ਦਾ ਹਾਲੇ ਦੀਵਾ ਤਿਆਰ ਨਹੀਂ ਹੋਇਆ ਵਿੱਚ ਕਮੀ ਹੈ ਉਹਨੂੰ ਉਪਾਸ਼ਨਾ ਦੀ ਵੀ ਜ਼ਰੂਰਤ ਹੈ ਉਹਨੂੰ ਉਪਾਸ਼ਨਾ ਦਾ ਉਪਦੇਸ਼ ਹੈ ਜਿਸ ਨੇ ਹਾਲੇ ਚੱਲਣਾ ਹੀ ਆ ਉਹਨੂੰ ਕਰਮ ਦਾ ਉਪਦੇਸ਼ ਹੈ ਤਾਂ ਇਸ ਤਰ੍ਹਾਂ ਇਹ ਸਤਿਗੁਰੂ ਜੀ ਪਰਖਦੇ ਨੇ ਵੀ ਜਿਹੜਾ ਉਹਨਾਂ ਦੀ ਸ਼ਰਣ ਆਉਂਦਾ ਹੈ ਕਿ ਉਹਨੂੰ ਕਿਹੋ ਜਿਹਾ ਉਪਦੇਸ਼ ਦੇ ਕੇ ਕਿਰਤਾਰਥ ਕਰਨਾ ਹੈ ਇਹੋ ਜੇ ਸਾਡੇ ਪੂਰੇ ਸਤਿਗੁਰੂ ਜੀ ਹਨ ਸਿੱਖ ਕੋ ਨੀਕੀ ਬਿਦ ਪਰਖੰਤੇ ਆਪਣੇ ਸਿੱਖ ਨੂੰ ਚੰਗੀ ਤਰ੍ਹਾਂ ਪਰਖਦੇ ਨੇ ਕਿਹਦੀ ਕੀ ਅਵਸਥਾ ਹੈ ਇਹ ਹੁਣ ਕਿਸ ਉਪਦੇਸ਼ ਦਾ ਅਧਿਕਾਰੀ ਹੈ ਜਿਸ ਕਰ ਪਾਵੇਂ ਜਨ ਕਲਿਆਣ ਜਿਸ ਉਪਦੇਸ਼ ਨੂੰ ਪ੍ਰਾਪਤ ਕਰਕੇ ਇਸ ਦੀ ਕਲਿਆਣ ਹੋਵੇ ਇਸ ਦੀ ਮੁਕਤੀ ਹੋਵੇ ਇਮ ਉਪਦੇਸ਼ ਤਹਿਤ ਠਾਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਧਿਕਾਰੀ ਜਿਨ ਕੀ ਬ੍ਰਿਤੀ ਸੁਖ ਦੁਖ ਮੈਂ ਪਾਰੀ ਹੁਣ ਸਤਿਗੁਰੂ ਜੀ ਅਧਿਕਾਰੀ ਦੱਸਦੇ ਨੇ ਅਧਿਕਾਰੀ ਵੇਖਦੇ ਨੇ ਕਿ ਜਿਸ ਦੀ ਬਿਰਤੀ ਸੁਖ ਵਿੱਚ ਔਰ ਦੁਖ ਦੇ ਵਿੱਚ ਲੱਗੀ ਹੋਈ ਹੈ ਪਾਰੀ ਖਚਤ ਹੋਈ ਹੋਈ ਹੈ ਕਿ ਜਿਸ ਦੀ ਜਿਹੜੀ ਸੁਰਤੀ ਹੈ ਜਾਂ ਜਿਹਨੂੰ ਆਪਾਂ ਬਿਰਤੀ ਕਹਿੰਨੇ ਆ ਸੁਖ ਦੇ ਆਿਆਂ ਸੁਖ ਚ ਖਚਤ ਹੋ ਜਾਂਦੀ ਹੈ ਦੁਖ ਦੇ ਆਿਆਂ ਦੁਖ ਵਿੱਚ ਖਚਤ ਹੋ ਜਾਂਦੀ ਹੈ ਹਾਂਜੀ ਰਾਗ ਦਵੇਖ ਕੇ ਨਿਤ ਅਨੁਸਾਰੀ ਔਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਰਾਗ ਵੀ ਹੈ ਦਵੇਸ਼ ਵੀ ਹੈ ਵੀ ਇਹ ਮੇਰਾ ਇਹ ਬਗਾਨਾ ਹੈ ਇਹ ਪਰਾਇਆ ਹੈ ਇਹਨੂੰ ਦਵੇਸ਼ ਕਹਿੰਦੇ ਆ ਇਹ ਮੇਰਾ ਹੈ ਇਹਨੂੰ ਰਾਗ ਕਹਿੰਦੇ ਨੇ ਜਿਨ੍ਹਾਂ ਦੀ ਬਿਰਤੀ ਵਿੱਚ ਰਾਗ ਤੇ ਦੁਐਸ਼ ਦੋਵੇਂ ਚੱਲਦੇ ਹਨ ਸੁੱਤ ਬਿਤ ਆਦ ਪਦਾਰਥ ਸਾਰੇ ਪੁੱਤਰ ਤਨ ਸੰਪਦਾ ਵਿਭੂਤੀ ਜਿੰਨੇ ਜਿਹੜੇ ਸੰਸਾਰੀ ਪਦਾਰਥ ਹਨ ਇਨ ਹਿਤ ਬੈਸ ਬਿਤਾਏ ਵਿਚਾਰੇ ਜਿਹੜੇ ਇਨਾ ਪਦਾਰਥਾਂ ਦੀ ਵਿਚਾਰ ਕਰਦੇ ਆ ਵਿਚਾਰੇ ਪੁਰਸ਼ ਜਿਹੜੇ ਇਦਾਂ ਦਾ ਜੀਵਨ ਆਪਣਾ ਬਤੀਤ ਕਰਦੇ ਨੇ ਜਿਹੜੇ ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਸੇਵਾ ਤਿਸ ਕੋ ਕਹੇ ਕਰੋ ਧਰਮ ਕਾਰ ਉਹਨਾਂ ਨੂੰ ਫਿਰ ਸਤਿਗੁਰੂ ਜੀ ਸੇਵਾ ਬਖਸ਼ਦੇ ਨੇ ਉਹਨਾਂ ਨੂੰ ਕੀ ਹੁਕਮ ਕਰਦੇ ਐ ਮਹਾਰਾਜ ਜੀ ਕਹਿੰਦੇ ਭਾਈ ਧਰਮ ਦੀ ਕਿਰਤ ਕਰਿਆ ਕਰੋ ਕਿਉਂਕਿ ਜਿਹੜਾ ਸੰਸਾਰੀ ਬੰਦਾ ਉਹਨੂੰ ਉਪਦੇਸ਼ ਉਸ ਤਰੀਕੇ ਨਾਲ ਦੇਣ ਉਹਨੂੰ ਸੇਵਾ ਦਾ ਹੁਕਮ ਕਰਦੇ ਆ। ਉਹਨੂੰ ਪਾਤਸ਼ਾਹ ਹੁਕਮ ਕਰਦੇ ਨੇ ਕਿ ਸੱਜਣਾ ਧਰਮ ਦੀ ਕਿਰਤ ਕਰਿਆ ਕਰ ਧਰਮ ਦੀ ਕਾਰ ਕਰਨੀ ਹੈ। ਸੇਵੋ ਸਿੱਖਨ ਦਿਓ ਆਹਾਰ। ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਗੁਰਸਿੱਖਾਂ ਨੂੰ ਭੋਜਨ ਛਕਾਉਣਾ। ਗੁਰਸਿੱਖਾਂ ਦੀ ਸੇਵਾ ਉਹ ਕਿਵੇਂ ਕਰਨੀ ਹੈ? ਉਹਨਾਂ ਨੂੰ ਭੋਜਨ ਛਕਾਉਣਾ ਹੈ ਜਥਾ ਸ਼ਕਤ ਦੇ ਉਛਾਦ ਨਹੀਂ ਆਛੇ ਭੋਜਨ ਛਕਾਉਣਾ ਜੇ ਹੋ ਸਕੇ ਜਥਾ ਸ਼ਕਤ ਜੇ ਹੋ ਸਕੇ ਸੰਭਵ ਹੋਵੇ ਤਾਂ ਫਿਰ ਉਹਨਾਂ ਗੁਰਸਿੱਖਾਂ ਨੂੰ ਬਸਤਰ ਦੇਣੇ ਆ ਪਹਿਨਣ ਵਾਸਤੇ ਉਹਨਾਂ ਨੂੰ ਬਸਤਰ ਹਾਜ਼ਰ ਕਰਨੇ ਨੇ ਜੇ ਹੋ ਸਕੇ ਤਾਂ ਬਸਤਰਾਂ ਦੀ ਸੇਵਾ ਵੀ ਕਰਨੀ ਹੈ ਚਾਂਪੋ ਪਗ ਕਰੀਐ ਸਿੱਖ ਬਾंचे ਜੇ ਕਈ ਵੇਰੀ ਕੋਈ ਭੋਜਨ ਸਕਾਣ ਦੇ ਵੀ ਸਮਰੱਥ ਨਹੀਂ ਹੈ ਭਾਈ ਫਿਰ ਗੁਰਸਿੱਖਾਂ ਦੇ ਚਰਨ ਘੁੱਟਣ ਦੀ ਸੇਵਾ ਵੀ ਉਹਨਾਂ ਦੇ ਚਰਨ ਘੁੱਟਣੇ ਗੁਰਸਿੱਖਾਂ ਦੇ ਇਹ ਸੇਵਾ ਇਹ ਤਾਂ ਹੁਣ ਤਾਂ ਸਮਾਪਤ ਹੀ ਹੋ ਹੁਣ ਕਹਿੰਦੇ ਸਾਰੇ ਸਾਡੇ ਘੁੱਟਣ ਸਾਨੂੰ ਕਿਉਂ ਕਿਸੇ ਦੇ ਘੁੱਟਣੇ ਪੈਣ ਇਹ ਮੁਠੀ ਚਾਪੀ ਇਹ ਸੇਵਾ ਗੁਰਸਿੱਖ ਕਰਦੇ ਆ ਆਪਸ ਵਿੱਚ ਰਲ ਕੇ ਸਿੰਘ ਇੱਕ ਦੂਜੇ ਦੀਆਂ ਮਾਲਸ਼ਾਂ ਕਰਦੀਆਂ ਕੇਸਾਂ ਨੂੰ ਤੇਲ ਲਾਉਣਾ ਇਹ ਸਮਾਪਤ ਹੀ ਹੁੰਦਾ ਚੱਲਿਆ ਜਾ ਰਿਹਾ ਹੈ ਤੋ ਗੁਰਸਿੱਖਾਂ ਦੇ ਚਰਨ ਚ ਘੁੱਟਣੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਤੇ ਫਿਰ ਦੱਸ ਦਿਆ ਵੀ ਕਰੀਐ ਸਿੱਖ ਵਾਂਛੇ ਜਿਹੜੇ ਪਿਆਰ ਵਾਲੇ ਸਿੱਖ ਨੇ ਉਹਨਾਂ ਦੀ ਚਰਨਾਂ ਦੀ ਮੁੱਠੀ ਚਾਪੀ ਕਰਨ ਦੀ ਸੇਵਾ ਦੀ ਜਿਹੜੀ ਵਾਂਛਾ ਹੈ ਉਹ ਹਿਰਦੇ ਚ ਰੱਖਣੀ ਹੈ ਮਰਦਨ ਕਰ ਇਸ਼ਨਾਨ ਕਰਾਵੋ ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ ਅੱਜ ਕੱਲ ਤਾਂ ਚਲੋ ਸਾਧਨ ਆ ਗਏ ਟੂਟੀਆਂ ਚੱਲ ਪਈਆਂ ਨੇ ਸਰੋਵਰਾਂ ਚ ਇਸ਼ਨਾਨ ਹੋ ਜਾਂਦੇ ਆ ਖੁੱਲੇ ਤੇ ਪੁਰਾਣੇ ਸਮਿਆਂ ਚ ਤਾਂ ਖੂਹ ਗੇੜ ਕੇ ਵੀ ਜਲ ਲਿਉਣਾ ਪੈਂਦਾ ਸੀ ਕਈ ਵਾਰੀ ਦੂਰੋਂ ਕਿਤੇ ਤਾਲ ਚੋਂ ਨਹਿਰ ਚੋਂ ਜਲ ਭਰ ਕੇ ਲਿਉਣਾ ਤੇ ਇਦਾਂ ਗੁਰਸਿੱਖ ਇਸ਼ਨਾਨ ਕਰਾਉਣ ਦੀ ਸੇਵਾ ਕਰਦੇ ਸੱਚੀ ਸਰਕਾਰ ਨੇ 12 ਸਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਲ ਢੋਣ ਦੀ ਸੇਵਾ ਕੀਤੀ ਹੈ ਗੁਰੂ ਸਾਹਿਬ ਨੂੰ ਵੀ ਇਸ਼ਨਾਨ ਕਰਾਉਂਦੇ ਸਿੱਖਾਂ ਨੂੰ ਵੀ ਕਰਾਉਂਦੇ ਲੰਗਰ ਵਿੱਚ ਵੀ ਜਲ ਲਿਆਉਂਦੇ ਤੋ ਇਸ ਪ੍ਰਕਾਰ ਨਾਲ ਕਹਿੰਦੇ ਗੁਰਸਿੱਖਾਂ ਨੂੰ ਮਲ ਕੇ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ ਬਸਤਰ ਪਖਾਰੋ ਸ਼ੁੱਧ ਬਣਾਵੋ ਉਹਨਾਂ ਦੇ ਕੱਪੜੇ ਬਸਤਰ ਧੋਣੇ ਧੋ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੋਈ ਗੁਰਸਿੱਖ ਆ ਜਏ ਗੁਰੂ ਘਰ ਵਿੱਚ ਆ ਜੇ ਚਾਹੇ ਸਾਡੇ ਘਰ ਆ ਜੇ ਉਹਦੇ ਬਸਤਰ ਧੋ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਸਵੱਛ ਕਰਕੇ ਠੱਪ ਕੇ ਉਹਨਾਂ ਨੂੰ ਦੇਵੇ ਹਾਕੋ ਪੌਨ ਸੇਵਦ ਜਾਬੋਏ ਔਰ ਸੰਗਤ ਦੀ ਗੁਰਸਿੱਖਾਂ ਦੀ ਗੁਰਸਿੱਖਾਂ ਦੀ ਤੇ ਸੰਗਤ ਦੀ ਕੱਲਾ ਹੋਵੇ ਤਾਂ ਗੁਰਸਿੱਖ ਜਦੋਂ ਬਹੁਤ ਸਾਰੇ ਗੁਰਸਿੱਖ ਰਲ ਜਾਣ ਤਾਂ ਫਿਰ ਸਾਧ ਸੰਗਤ ਏਦਾਂ ਸਾਧ ਸੰਗਤ ਔਰ ਗੁਰਸਿੱਖਾਂ ਨੂੰ ਜੇ ਗਰਮੀ ਹੈ ਤੇ ਫਿਰ ਪੱਖਾ ਚੱਲਣ ਦੀ ਸੇਵਾ ਕਰੇ ਪੱਖਾ ਹੱਕੇ ਚਾਰੋਂ ਪਨਈ ਪਾਗ ਕੋ ਧੋਏ ਫਿਰ ਗੁਰਸਿੱਖਾਂ ਤੇ ਸਾਧ ਸੰਗਤ ਦੇ ਚਰਨਾਂ ਦੇ ਜੋੜੇ ਝਾੜਨੇ ਉਹਨਾਂ ਜੋੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜਿਵੇਂ ਅੱਜ ਕੱਲ ਗੁਰਸਿੱਖ ਜੋੜੇ ਘਰਾ ਵਿੱਚ ਸਾਫ਼ ਕਿਵੇਂ ਪੁਰਾਣੇ ਸਮਿਆਂ 'ਚ ਨਹੀਂ ਸਨ ਹੁੰਦੇ ਸਾਧ ਨੂੰ ਪਾਲਿਸ਼ ਵਗੈਰਾ ਕਰਨੀ ਬੁਰਸ਼ ਫੇਰ ਕੇ ਉਹਨਾਂ ਜੋੜਿਆਂ ਨੂੰ ਗੁਰਸਿੱਖਾਂ ਦੇ ਜੋੜਿਆਂ ਨੂੰ ਸੰਗਤ ਦੇ ਜੋੜਿਆਂ ਨੂੰ ਸਤਕਾਰ ਨਾਲ ਰੱਖਦੇ ਐ ਦੋਹਾਂ ਹੱਥਾਂ ਨਾਲ ਸਤਕਾਰ ਨਾਲ ਰੱਖਦੇ ਦੋਹਾਂ ਹੱਥਾਂ ਨਾਲ ਸਤਕਾਰ ਨਾਲ ਉਹਨਾਂ ਨੂੰ ਪੇਟ ਕਰਦੇ ਵਿਧੀ ਹੈ ਆਮ ਕਰਕੇ ਅਸੀਂ ਕਈ ਵਾਰੀ ਜੋੜੇ ਘਰਾਵਾਂ ਵਿੱਚ ਵੇਖਦੇ ਹਾਂ ਵੀ ਆਏ ਹੋਏ ਗੁਰਸਿੱਖਾਂ ਦੇ ਜਿਹੜੇ ਜੋੜੇ ਨੇ ਉਹ ਇੱਕੋ ਹੱਥ ਵਿੱਚ ਫੜ ਕੇ ਉਹਨਾਂ ਨੂੰ ਏਦਾਂ ਟੋਕਨ ਬਗਾਵਾ ਮਾਰ ਕੇ ਵੀ ਆ ਫੜ ਔਰ ਸਤਕਾਰ ਸਹਿਤ ਸੇਵਾ ਜੋੜੇ ਨੇ ਦੋਹਾਂ ਹੱਥਾਂ ਦੇ ਨਾਲ ਲੈ ਕੇ ਸਤਕਾਰ ਨਾਲ ਰੱਖਣੇ ਫਿਰ ਉਹਨਾਂ ਗੁਰਸਿੱਖਾਂ ਨੂੰ ਦੋਨਾਂ ਹੱਥਾਂ ਨਾਲ ਪੇਟ ਕਰਨੇ ਤੋਂ ਕਈ ਵੇਰੀ ਕਈ ਗੁਰਸਿੱਖ ਮੱਥਾ ਟੇਕਦੇ ਆ ਜੋੜਿਆਂ ਨੂੰ ਤੇ ਉਹ ਵਿਧੀ ਚਰਨ ਝੋੜ ਢੋੜ ਜਿਹੜੀ ਆ ਆਪਾਂ ਮਸਤਕ ਤੇ ਲਾ ਸਕਦੇ ਆ ਸਮੁੱਚੀ ਜਿਹੜੀ ਸੰਗਤ ਦੀ ਹੋਵੇ ਤੋਂ ਕੱਲੇ ਕੱਲੇ ਜੋੜੇ ਨੂੰ ਮੱਥਾ ਟੇਕਣ ਦੀ ਜ਼ਰੂਰਤ ਨਹੀਂ ਹੈ ਹਾਂ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਾਂ ਟੇਕਣਾ ਹੈ ਪਰ ਹਾਂ ਚਰਨ ਧੂੜੀ ਜਿਹੜੀ ਆ ਉਹ ਮਸਤਕ ਤੇ ਗੁਰਸਿੱਖਾਂ ਦੀ ਲਾਈ ਜਾ ਸਕਦੀ ਹੈ ਤੋ ਸਤਕਾਰ ਸਹਿਤ ਗੁਰਸਿੱਖਾਂ ਦੇ ਜੋੜੇ ਝਾੜਨ ਦੀ ਸੇਵਾ ਕਰਨੀ ਹਾਂਜੀ ਫਿਰ ਪਾਗ ਕੋ ਧੋਏ ਉਹਨਾਂ ਦੇ ਚਰਨ ਧਵਾਣ ਦੀ ਅੱਜ ਕੱਲ ਜਿਵੇਂ ਚਰਨ ਗੰਗਾ ਬਣ ਗਈ ਪੁਰਾਣੇ ਸਮਿਆਂ ਚ ਹੁਣ ਵੀ ਕਈ ਥਾਵਾਂ ਤੇ ਜਿੱਥੇ ਚਰਨ ਗੰਗਾ ਨਹੀਂ ਹੁੰਦੀ ਸਿੰਘ ਜਲ ਦਾ ਹੈ ਕਿ ਖਲੋ ਜਾਂਦੇ ਆਏ ਸਿੱਖਾਂ ਦੇ ਚਰਨ ਧਵਾ ਕੇ ਉਹਨਾਂ ਨੂੰ ਗੁਰੂ ਘਰ ਵਿੱਚ ਪ੍ਰਵੇਸ਼ ਕਰਾਉਂਦੇ ਇਦਾਂ ਚਰਨ ਧੋਣ ਦੀ ਸੇਵਾ ਕਰਨੀ ਮੇਰੇ ਖਿਆਲ ਤੇ ਕੁਝ ਗੁਰਸਿੱਖ ਅੱਜਕੱਲ੍ਹ ਕਈ ਸੇਵਾਵਾਂ ਤਾਂ ਉਹਨਾਂ ਗੁਰਸਿੱਖਾਂ ਨੂੰੜਾ ਮੋਬਾਈਲ ਵਾਲਿਆਂ ਦੀ ਵੀ ਕਰਨੀ ਚਾਹੀਦੀ ਹੈ ਵੀ ਜਿੰਨੇ ਵੀ ਹੈ ਨੇ ਨਾ ਮੋਬਾਈਲਾਂ ਨੂੰ ਰੱਖਣ ਵਾਸਤੇ ਵੀ ਨਾ ਕੋਈ ਬਾਕਸ ਹੀ ਹੋਣੇ ਚਾਹੀਦੇ ਜੀ ਜਮ੍ਹਾਂ ਕਰਾ ਦੇਣ ਜਿਵੇਂ ਜੋੜਾ ਨਹੀਂ ਬਾਹਰ ਛੱਡ ਕੇ ਆਉਂਦੇ ਇਦਾਂ ਛੱਡ ਕੇ ਆਇਆ ਕਰਨ ਤਾਂ ਜੋ ਘਟੋ ਘਟ ਸੰਗਤ ਦੇ ਵਿੱਚ ਆ ਵੇਖੋ ਵੀ ਇਹ ਨਹੀਂ ਵੀ ਸੈਲਟ ਕਰਕੇ ਆ ਜਾਈਏ ਮਹਾਰਾਜ ਜੀ ਦੇ ਦਰਬਾਰ ਵਿੱਚ ਕੋਈ ਮਹਾਰਾਜ ਜੀ ਦਾ ਪੈ ਹੀ ਨਹੀਂ ਹੈ ਅਦਬੀ ਨਹੀਂ ਹੈ ਸਤਗੁਰਾਂ ਦਾ ਤੋ ਸੁਰਤੀ ਆਪਣੀ ਦੇ ਵਿੱਚ ਮਹਾਰਾਜ ਜੀ ਦਾ ਗਿਆਨ ਨਹੀਂ ਰੱਖਦੇ ਹੈ ਤੋ ਇਸ ਕਰਕੇ ਭਾਈ ਸਿਵਾਵਾਂ ਦੇ ਰੂਪ ਬਦਲਦੇ ਰਹਿੰਦੇ ਹਾਂਜੀ ਝੂਠੇ ਪਾਂਜਨ ਮਾਂਜਨ ਕਰੋ ਜਿਹੜੇ ਝੂਠੇ ਭਾਂਡੇ ਨੇ ਉਹ ਗੁਰਸਿੱਖਾਂ ਦੇ ਝੂਠੇ ਬਰਤਨ ਧੋਣ ਦੀ ਸੇਵਾ ਇਹ ਗੁਰੂ ਖਾਲਸਾ ਜੀ ਇਹ ਸੇਵਾ ਕੀਤਿਆਂ ਕੋਈ ਨੀਵਾ ਨਹੀਂ ਹੋ ਜਾਂਦਾ ਗੁਰੂ ਘਰ ਦੀ ਜਿਹੜੀ ਸੇਵਾ ਇਹ ਕੀਤਿਆਂ ਤਾਂ ਗੁਰੂ ਸਾਹਿਬ ਸਗੋਂ ਮਾਣ ਦਿੰਦੇ ਐ ਸਤਕਾਰ ਦਿੰਦੇ ਹੈ। ਤੋ ਜਿਨ੍ਹਾਂ ਨੂੰ ਕੰਮ ਉਪਦੇਸ਼ ਹੈ ਪਹਿਲਾਂ ਨਾ ਅਧਿਕਾਰੀ ਜਾਣ ਕੇ ਉਹਨਾਂ ਨੂੰ ਫਿਰ ਫਿਰ ਜੋੜੇ ਝਾੜਨ ਦੀ ਸੇਵਾ ਕਰਨ ਦਾ ਵੀ ਹੁਕਮ ਹੈ। ਉਹਨਾਂ ਨੂੰ ਭਾਈ ਫਿਰ ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣਾ, ਜਲ ਢੋਣਾ ਤੋ ਇਸੇ ਤਰ੍ਹਾਂ ਫਿਰ ਝੂਠੇ ਭਾਂਡੇ ਬਰਤਨ ਮਾਂਜਣ ਦੀ ਸੇਵਾ ਕਰਨੀ। ਇਹ ਸਾਰੀ ਸੇਵਾ ਗੁਰੂ ਗੁਰੂ ਕੀ ਸੇਵਾ ਹੈ। ਇਹ ਗੁਰਸੇਵਾ ਤੇ ਸੁਖੂਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਐਸੀ ਹੈ ਸੀਤਲ ਨੀਰ ਕੂਪ ਤੇ ਭਰੋ ਠੰਡਾ ਪਾਣੀ ਠੰਡਾ ਜਲ ਖੂਹ ਤੋਂ ਭਰ ਕੇ ਲਿਆਉਣਾ ਅੱਜ ਕੱਲ ਜਿਵੇਂ ਗੁਰਸਿੱਖਾਂ ਛਬੀਲਾਂ ਲਾਈਆਂ ਹੋਈਆਂ ਨੇ ਪਰ ਕਰਮਾਵਾਂ ਵਿੱਚ ਛਬੀਲਾਂ ਲੱਗੀਆਂ थाथा ਤੇ ਗੁਰਸਿੱਖ ਜਲ ਛਕਾਣ ਦੀ ਸੇਵਾ ਕਰਦੇ ਨੇ ਇਦਾਂ ਇਹ ਸੇਵਾ ਦਾ ਹੁਕਮ ਵੀ ਗੁਰੂ ਸਾਹਿਬ ਦਾ ਹੈ ਰਦ ਥਾਵਨ ਕੋ ਅਰਪੋ ਆਨ ਫਿਰ ਖਾਲਸਾ ਜੀ ਇਹ ਸੇਵਾ ਦਾਤਣ ਦੀ ਸੇਵਾ ਚਲੋ ਅੱਜ ਕੱਲ ਤਾਂ ਨਵੇਂ ਸਾਭ ਦੇ ਨਾਲ ਕੋਲਗਟਾਂ ਵਗੈਰਾ ਆ ਗਈਆਂ ਪੁਰਾਣੇ ਸਮਿਆਂ 'ਚ ਸਿੰਘ ਜਦੋਂ ਸ਼ਾਮ ਦਾ ਵੇਲਾ ਹੋਣਾ ਨਾ ਤੇ ਉਹਨਾਂ ਨੇ ਕੋਈ ਸ਼ਸਤਰ ਲੈ ਕੇ ਜਾਣਾ ਤੇ ਦਾਤਣਾ ਕੱਟ ਕੇ ਲਿਆਉਣੀਆਂ ਤੋ ਦਾਤਣਾ ਕੱਟ ਕੇ ਨਿਕੇ ਨਿਕੇ ਉਹਦੇ ਟੁਕੜੇ ਕਰਕੇ ਦਾਤਣਾ ਦੇ ਟਹਿਣੀਆਂ ਦੇ ਉਹ ਫਿਰ ਸ਼ਾਮ ਨੂੰ ਰਹਿ ਰਾਜ ਸਾਹਿਬ ਤੋਂ ਬਾਅਦ ਸਿੰਘਾਂ ਨੂੰ ਵੰਡ ਦਿਆ ਕਰਦੇ ਭਾਈ ਸਵੇਰੇ ਮੁਖ ਮਾਂਜਣਾ ਕਹਿੰਦੇ ਨਿਹੰਗ ਸਿੰਘ ਖਾਲਸਾਈ ਬੋਲੇ ਦੇ ਵਿੱਚ ਦਾਤਣ ਨੂੰ ਮੁਖ ਮਾਂਜਣਾ ਕਹਿੰਦੇ ਆ ਤੋ ਮੁਖ ਮਾਂਜਣੇ ਵੰਡਦੇ ਹੁੰਦੇ ਆ ਸਿੰਘ ਹੁਣ ਵੀ ਕਈ ਸਥਾਨਾਂ ਦੇ ਉੱਤੇ ਵੰਡਦੇ ਹੁੰਦੇ ਆ ਤੋ ਇਹ ਵੀ ਸੇਵਾ ਗੁਰਸਿੱਖਾਂ ਦੀ ਭਾਈ ਦਇਆ ਸਿੰਘ ਜੀ ਕਹਿੰਦੇ ਕਰਨੀ ਹੈ ਕਰੇ ਰਸੋਈ ਸ਼ੁੱਧ ਮਹਾਨ ਫਿਰ ਲੰਗਰ ਪਕਾਉਣ ਦੀ ਸੇਵਾ ਲੰਗਰ ਪਕਾਉਣ ਦੀ ਸੇਵਾ ਵੀ ਬੜੀ ਵੱਡੀ ਮਹਾਨ ਸੇਵਾ ਹੈ ਕਿ ਲੋਹ ਦੇ ਉੱਤੇ ਗਰਮੀਆਂ ਚਲੋ ਸਿਆਲਾਂ ਵਿੱਚ ਬੈਠਣਾ ਕੁਝ ਸੌਖਾ ਹੁੰਦਾ ਪਰ ਗਰਮੀਆਂ ਦੇ ਦਿਨਾਂ ਦੇ ਵਿੱਚ ਤਪਦੀ ਲੋਹ ਦੇ ਕੋਲ ਬਹਿ ਕੇ ਪ੍ਰਸ਼ਾਦ ਦੇ ਪਕਾਉਣੇ ਇਹ ਬੜੀ ਕਰੜੀ ਕਾ ਲੈਣਾ ਗੁਰਸਿੱਖ ਇਹ ਵੀ ਕਾਲਦੇ ਹਨ ਇਤਿਆਦਕ ਸੇਵਾ ਬਹੁ ਭਾਤ ਇਤਿਆਦਕ ਇਹ ਇਤਿਆਦਕ ਸ਼ਬਦ ਜਦੋਂ ਕਿਹਾ ਇਹਦੇ ਤੋਂ ਇਲਾਵਾ ਹੋਰ ਬੇਅੰਤ ਸੇਵਾਵਾਂ ਆਵਾਂ ਨੇ ਗੁਰੂ ਘਰ ਦੇ ਦਰਬਾਰ ਦੇ ਇਸ਼ਨਾਨ ਦੀ ਸੇਵਾ ਹੈ ਝਾੜੂ ਦੀ ਸੇਵਾ ਹੈ ਨਿਸ਼ਾਨਾਂ ਦੀ ਸੇਵਾ ਹੈ ਨਗਾਰਿਆਂ ਦੀ ਸੇਵਾ ਹੈ ਕੋੜਿਆਂ ਦੀ ਸੇਵਾ ਹੈ ਗੁਰੂ ਕੇ ਸਿੱਖਾਂ ਦੀ ਸੇਵਾ ਹੈ ਲੰਗਰ ਵਰਤਾਉਣ ਦੀ ਸੇਵਾ ਹੈ ਮੈਂ ਤੇ ਕਹਿੰਦਾ ਹੁਣਾਂ ਵੀ ਲੰਗਰ ਛਕਣ ਦੀ ਵੀ ਸੇਵਾ ਹੈ ਜੇ ਛਕਣ ਵਾਲੇ ਨਾ ਹੋਣਗੇ ਤੇ ਛਕਾਉਣ ਵਾਲੇ ਕਾਹਨੂੰ ਸੇਵਾ ਕਰਨਗੇ ਛਕਣ ਵਾਲੇ ਐਣ ਤਾਂ ਹੀ ਛਕਾਉਣ ਵਾਲੇ ਸੇਵਾ ਕਰਦੇ ਬਾਬਾ ਬਿਸ਼ਨ ਸਿੰਘ ਜੀ ਬਚਨ ਕਰਦੇ ਸਨ ਤੋ ਇਸ ਤਰ੍ਹਾਂ ਇਹ ਤੇ ਤੋਂ ਇਲਾਵਾ ਹੋਰ ਬਿਆੰਤ ਬਹੁ ਪ੍ਰਕਾਰ ਦੀਆਂ ਸੇਵਾਵਾਂ ਹਨ ਸਿੱਖਣ ਕੀ ਕੀ ਜੇ ਦਿਨ ਰਾਤ ਭਾਈ ਗਿਆ ਸਿੰਘ ਜੀ ਕਹਿੰਦੇ ਗੁਰਸਿੱਖਾਂ ਦੀ ਇਹ ਸੇਵਾ ਤੁਸੀਂ ਦਿਨ ਰਾਤ ਕਰਨੀ ਪਏ ਕਰਨੀ ਹੈ ਆਲਸ ਨਹੀਂ ਕਰਨਾ ਸੇਵਾ ਕਰਨ ਵੇਲੇ ਕਈ ਵਾਰੀ ਬੰਦਾ ਢਿੱਲਮਠ ਕਰ ਜਾਂਦਾ ਹੈ ਭਾਈ ਸਾਹਿਬ ਕਹਿੰਦੇ ਨਾ ਖਾਲਸਾ ਜੀ ਗੁਰਸਿੱਖਾਂ ਦੀ ਗੁਰੂ ਦੀ ਸੇਵਾ ਵਿੱਚ ਕਦੇ ਢਿੱਲ ਨਹੀਂ ਕਰਨੀ ਆਲਸ ਨਹੀਂ ਰੱਖਣੀ ਤਿਆਰ ਬਰ ਤਿਆਰ ਰਹਿਣਾ ਹਰ ਵੇਲੇ ਗੁਰਸਿੱਖਾਂ ਦੀ ਸੇਵਾ ਕਰਨ ਵਾਸਤੇ ਗੁਰਬਾਣੀ ਸਤ ਗੁਰ ਅਗੇਰਾ ਸਿੱਖ ਨਿਤ ਪਠੋ ਫਿਰ ਸਤ ਗੁਰਾਂ ਦੀ ਬਾਣੀ ਪੜ੍ਹਨੀ ਇਹ ਵੀ ਸੇਵਾ ਹੈ ਇਹ ਉਪਾਸ਼ਨਾ ਕਿਉਂਕਿ ਪਹਿਲਾਂ ਕੱਲਾ ਕਰਮ ਦੱਸਿਆ ਸੇਵਾ ਦਾ ਹੁਣ ਉਪਾਸ਼ਨਾ ਦੱਸਦੇ ਆ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਗੁਰਬਾਣੀ ਐ ਉਹਨੂੰ ਪੜਨਾ ਔਰ ਉਹਦੀ ਜਿਹੜੀ ਸਿੱਖਿਆ ਗੁਰਬਾਣੀ ਦੇ ਵਿੱਚ ਸਤਗੁਰਾਂ ਨੇ ਦਿੱਤੀ ਉਸ ਸਿੱਖਿਆ ਨੂੰ ਚੰਗੀ ਤਰ੍ਹਾਂ ਪੜ੍ਹਨਾ ਤੇ ਸਮਝਣਾ ਸਤ ਨਾਮ ਕਹੋ ਮੁਖ ਤੇ ਰਟੋ ਔਰ ਆਪਣੀ ਰਸਨਾ ਤੋਂ ਸਤ ਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਪਾਵਨ ਗੁਰਮੰਤਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ ਨਾਲ ਸੱਚੇ ਨਾਮ ਦਾ ਜਾਪ ਜਪਣਾ ਹੈ ਗੁਰੂ ਕੀ ਬਾਣੀ ਨੂੰ ਪੜ੍ਹਨਾ ਹੈ ਨਿਜ ਨਿਜ ਤਰਮਰਾਓ ਸਵਧਾਨ ਆਪੋ ਆਪਣੇ ਧਰਮ 'ਚ ਸਾਵਧਾਨ ਰਹਿਣਾ ਆਪੋ ਆਪਣੇ ਧਰਮ 'ਚ ਯਾਨੀ ਕਿ ਜਿਹੜਾ ਜਿਹੜੇ ਧਰਮ ਦੇ ਵਿੱਚ ਹੈ ਉਹਨੂੰ ਆਪਣੇ ਧਰਮ 'ਚ ਪੱਕਿਆਂ ਰਹਿਣਾ ਚਾਹੀਏ ਤੋ ਇਹ ਕੱਚੇ ਪੱਲਿਆਂ ਵਾਲੀ ਬਿਰਤੀ ਨਹੀਂ ਰੱਖਣੀ ਆਪਣਾ ਜਿਹੜਾ ਧਰਮ ਹੈ ਖਾਲਸਾ ਧਰਮ ਉਹਦੇ ਵਿੱਚ ਪਰਪੱਕ ਰਹਿਣਾ ਫਿਰ ਅੱਗੇ ਸਾਡੇ ਵੱਖੋ ਵੱਖਰੇ ਧਰਮ ਨੇ ਅੱਗੇ ਸਾਡੇ ਹੋਰ ਵੱਖੋ ਵੱਖਰੇ ਧਰਮ ਦਾ ਕੀ ਮਤਲਬ ਹੈ ਵੀ ਇੱਕ ਦਾ ਧਰਮ ਸੇਵਾ ਕਰਨ ਦਾ ਉਹਦੀ ਡਿਊਟੀ ਫਰਜ਼ ਜਿਹਨੂੰ ਕਹਿੰਦਾ ਡਿਊਟੀ ਫਰਜ਼ ਉਹਨੂੰ ਧਰਮ ਵੀ ਕਹਿ ਦਿੰਦੇ ਧਾਰਨ ਕਰਨਾ ਵੀ ਜਿਹੜੀ ਜਿਹੜੀ ਕਿਸੇ ਦੀ ਸੇਵਾ ਲੱਗੀ ਉਹਦੇ ਵਿੱਚ ਤਤਪਰ ਰਹਿਣਾ ਕਿਸੇ ਦੀ ਇਸ਼ਨਾਨ ਕਰਾਉਣ ਦੀ ਸੇਵਾ ਹੈ ਇਸ਼ਨਾਨ ਜ ਤਤਪਰ ਰਹੇ ਕਿਸੇ ਨੇ ਝਾੜੂ-ਚਾਰ ਝਾੜਨ ਦੀ ਸੇਵਾ ਰੱਖਣੀ ਹੈ ਉਹ ਰੱਖਦੇ ਐ ਕਿਸੇ ਦੇ ਕੀਰਤਨ ਕਰਨ ਦੀ ਸੇਵਾ ਉਹਨੇ ਉਹਦੇ ਚ ਤਤਪਰ ਰਹਿਣਾ ਯਾਨੀ ਕਿ ਤਿਆਰਬਰ ਤਿਆਰ ਰਹਿਣਾ ਜਿਹੜੀ ਆਪਣੀ ਡਿਊਟੀ ਆ ਉਹਨੂੰ ਪੂਰੇ ਇਮਾਨਦਾਰੀ ਦੇ ਨਾਲ ਉਹ ਸੇਵਾ ਨੂੰ ਨਿਭਾਉਣਾ ਹੈ ਹਾਂਜੀ ਇਸ਼ਨਾਨ ਹੁਣ ਇਸ਼ਨਾਨ ਦੀ ਮਰਿਆਦਾ ਦੱਸਦੇ ਨੇ ਵੱਡੀ ਰਾਤ ਤੇ ਕਰ ਇਸ਼ਨਾਨ ਵੱਡੀ ਰਾਤ ਇਸ਼ਨਾਨ ਕਰ ਲੈਣਾ ਵੱਡੀ ਰਾਤ ਦਾ ਮਤਲਬ ਵੀ ਪਿਛਲੇ ਪੈਰ ਜਾਗ ਪੈਣਾ ਸਵਾ ਪੈ ਰਾਤ ਰਹਿੰਦੇ ਆ ਕਈ ਜਾਗ ਪੈਂਦੇ ਕੋਈ ਪੈਰ ਰਾਤ ਰਹਿੰਦੇ ਆ ਜਾਗ ਪੈਂਦੇ ਤੇ ਕਈ ਵੱਡੀ ਰਾਤ ਨੂੰ ਜਾਗ ਪੈਂਦੇ ਵੱਡੀ ਰਾਤ ਦਾ ਮਤਲਬ ਜਦੋਂ 12:30 ਦਾ ਸਮਾਂ ਹੋਇਆ ਸਵਾ 12 ਦਾ ਉਦੋਂ ਵੀ ਉੱਠ ਕੇ ਕਈ ਗੁਰਸਿੱਖ ਗੁਰਬਾਣੀ ਪੜਨ ਲੱਗ ਪੈਂਦੇ ਹੁਣ ਵੀ ਬਹੁਤ ਸਾਰੇ ਸਿੰਘ ਨੇ ਤਿਆਰ ਬਰ ਤਿਆਰ ਜਿਹੜੇ ਸਵੇਰੇ 1 ਵਜੇ ਉਹਨਾਂ ਨੇ ਤਿਆਰ ਬਰ ਤਿਆਰ ਹੋ ਕੇ ਆਪਣੇ ਆਸਣ ਤੇ ਬਾਣੀ ਪੜਨ ਲੱਗ ਪੈਣਾ ਤੇ ਸੁਭਾ ਅੰਮ੍ਰਿਤ ਵੇਲੇ ਤਾਂ ਹੀ 6 6 ਵਜੇ ਤੱਕ ਵੀ ਕਈ ਗੁਰਸਿੱਖ ਸਿੰਘ ਬੜੇ ਤਿਆਰਬਰ ਤਿਆਰ ਹੋ ਕੇ ਚੌਂਕੜੇ ਤੇ ਬੈਠੇ ਆਸਣ ਤੇ ਗੁਰਬਾਣੀ ਪੜ੍ਹਦੇ ਆ। ਫਿਰ ਘੰਟਾ 2 ਘੰਟੇ ਜੇ 6 ਕਜੇ ਤੋਂ ਬਾਅਦ ਸੁੱਖ ਲੈਣਾ ਹੋਵੇ ਕਈਆਂ ਨੇ ਆਰਾਮ ਕਰਨਾ ਹੋਵੇ ਤੇ ਆਰਾਮ ਵੀ ਕਰ ਲੈਂਦੇ ਫਿਰ ਆਪਣੇ ਕੰਮਾਂ ਧੰਦਿਆਂ 'ਚ ਕਿਉਂਕਿ ਸਰੀਰ ਦੀ ਨੀਂਦ ਵੀ ਪੂਰੀ ਚਾਹੀਦੀ ਹੈ। ਤੋ ਇਸ ਤਰ੍ਹਾਂ ਵੱਡੀ ਰਾਤ ਉੱਠ ਕੇ ਇਸ਼ਨਾਨ ਪਾਨ ਕਰਨੇ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਵਰ ਤਿਆਰ ਹੋ ਕੇ ਸਿੰਘੋਏ ਸੇਵਾ ਵੀ ਕਰਨੀ ਐ ਵੀ ਗੁਰੂ ਕੀ ਸੇਵਾ ਸਮਝ ਕੇ ਕਰਨੀ ਹੈ ਦਇਆ ਹੁਣ ਦਇਆ ਦੱਸਦੇ ਨੇ ਵੀ ਦਇਆ ਕੀ ਐ ਹਾਂਜੀ ਛੁੱਦਤ ਕੇ ਨਗਨ ਬਿਨਾ ਧਨ ਕੋਏ ਕੋਈ ਭੁੱਖਾ ਦਿਸੇ ਕੋਈ ਨੰਗਾ ਦਿਸੇ ਜਾਂ ਫਿਰ ਕੋਈ ਨਿਰਧਨ ਇਹੋ ਜਿਹਾ ਵੀ ਉਹਨੂੰ ਧਨ ਦੀ ਜ਼ਰੂਰਤ ਐ ਵੀ ਉਹਨੂੰ ਕਿਸੇ ਦਵਾਦਾਰੂ ਦੀ ਜ਼ਰੂਰਤ ਐ ਕਹਿੰਦੇ ਇਸ ਪ੍ਰਕਾਰ ਜਦੋਂ ਕੋਈ ਨਜ਼ਰੀ ਆਵੇ ਦੇਉ ਪੋਜਨ ਛਾਦਨ ਤਿਸ ਜੋਏ ਉਹਨਾਂ ਨੂੰ ਭੋਜਨ ਦੇਣਾ ਛਕੜ ਵਾਸਤੇ ਜੇ ਦਵਾਈ ਦੱਪੇ ਦੀ ਜ਼ਰੂਰਤ ਆ ਉਹਨਾਂ ਨੂੰ ਉਹਦੀ ਸੇਵਾ ਕਰ ਦੇਣੀ ਹੈ ਜਾਂ ਫਿਰ ਕਿਸੇ ਪ੍ਰਕਾਰ ਕੋਈ ਨੰਗਾ ਸਰੀਰ ਤੇ ਕੱਪੜਾ ਨਹੀਂ ਉਹਦਾ ਤਨ ਕੱਜਣ ਦੀ ਸੇਵਾ ਕਰਨੀ ਹੈ ਇਹਨੂੰ ਦਇਆ ਕਹਿੰਦੇ ਹਨ ਇਹ ਧਰਮ ਦੀ ਜਨਕ ਹੈ ਦਇਆ ਜਿੱਥੇ ਦਇਆ ਹੋਏਗੀ ਧਰਮ ਉੱਥੇ ਹੋਵੇਗਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਇਹ ਦਇਆ ਵਰਤਦੀ ਰਹਿੰਦੀ ਆਰ ਵੇਲੇ ਭੁੱਖਾ ਆਵੇ ਉਹਨੂੰ ਭੋਜਨ ਮਿਲ ਜਾਂਦਾ ਹੈ ਇਸੇ ਤਰ੍ਹਾਂ ਜੇ ਕਿਸੇ ਨੂੰ ਦਵਾਈ دارو ਦੀ ਜ਼ਰੂਰਤ ਹੁੰਦੀ ਗੁਰੂ ਘਰਾਂ ਵਿੱਚ ਮਡਲੀਆਂ ਸਹੂਲਤਾਂ ਡਿਸਪੈਂਸਰੀ ਬਗੈਰ ਜਿੱਥੇ ਦਵਾਈ دارو ਦੀ ਵੀ ਪ੍ਰਬੰਧ ਹੋ ਜਾਂਦਾ ਹੈ ਛੱਤ ਨਹੀਂ ਰਹਿਣ ਸੈਣ ਵਾਸਤੇ ਕੁਝ ਸਮੇਂ ਲਈ ਆਸਣ ਵੀ ਮਿਲ ਜਾਂਦਾ ਹੈ ਤੋ ਇਸ ਪ੍ਰਕਾਰ ਨਾਲ ਗੁਰੂ ਘਰਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਦਇਆ ਵਰਤਦੀ ਹੈ ਸਿੱਖ ਨੇ ਵੀ ਆਪਣੇ ਜੀਵਨ ਵਿੱਚ ਇਹ ਦਇਆ ਦਾ ਭਾਵ ਰੱਖਣਾ ਹੈ ਭੁੱਖੇ ਨੂੰ ਭੋਜਨ ਛਕਾਣ ਦਾ ਤਾਂ ਸਭ ਤੋਂ ਵੱਡਾ ਪੁੰਨ ਹੈ ਕਿਸੇ ਭੁੱਖੇ ਨੂੰ ਭੋਜਨ ਛਕਾਣਾ ਇਹਦੇ ਵਰਗਾ দান ਨਹੀਂ ਹੈ ਦੁਨੀਆਂ ਵਿੱਚ ਇਹ ਸਭ ਤੋਂ ਵੱਡਾ দান ਹੈ ਅੰਨਦਾਨ ਮਹਾਦਾਨ ਕਹਿ ਸਕਦੇ ਇਹਨੂੰ ਵੱਡਾ দান ਹੈ ਕਿਵੇਂ ਵੰਨਦਾਨ ਕਿਉਂਕਿ ਪ੍ਰਾਣਦਾਨ ਹੈ ਇਹਦੇ ਨਾਲ ਕਿਸੇ ਨੂੰ ਜ਼ਿੰਦਗੀ ਮਿਲਦੀ ਹੈ ਭੋਜਨ ਤਾਂ ਕੋਈ ਭੁੱਖਾ ਹੀ ਛਕੇਗਾ ਨਾ ਜਿਹਨੂੰ ਰੱਜੇ ਨੂੰ ਤਾਂ ਨਹੀਂ ਭੋਜਨ ਦੀ ਲੋੜ ਤੇ ਜਦੋਂ ਭੋਜਨ ਛਕੇਗਾ ਤਾਂ ਪ੍ਰਾਣਾਂ ਦਾ ਆਸਰਾ ਭੋਜਨ ਬਣੇਗਾ ਇਸ ਕਰਕੇ ਭਾਈ ਇਹ ਜਿਹੜਾ ਕਿਸੇ ਭੁੱਖੇ ਨੂੰ ਭੋਜਨ ਛਕਾਣਾ ਦਇਆ ਭਾਵ ਹਿਰਦੇ ਚ ਰੱਖ ਕੇ ਗੁਰੂ ਨਮਿਤ ਸੇਵਾ ਕਰਨੀ ਹੈ ਇਹ ਜਾਣ ਕੇ ਕਿ ਮੈਂ ਆਪਣੇ ਗੁਰੂ ਦੇ ਹੁਕਮ ਦੀ ਪਾਲਣਾ ਕਰਕੇ ਸੇਵਾ ਕਰਦਾ ਇਹ ਨਹੀਂ ਵੀ ਆਪਣੇ ਆਪ ਨੂੰ ਵੱਡਾ ਸਮਝ ਕੇ ਕਿਸੇ ਨੂੰ ਵੀ ਮੈਂ ਇਹਦੇ ਤੋਂ ਵੱਡਾ ਇਹਨੂੰ ਰੋਟੀ ਖਵਾ ਰਿਹਾ ਏਦਾਂ ਨਹੀਂ ਸੇਵਾ ਕਰਨੀ ਗੁਰੂ ਦੇ ਹੋ ਕੇ ਸੇਵਾ ਕਰਨੀ ਹੈ ਮੇਰੇ ਸਤਿਗੁਰਾਂ ਦਾ ਹੁਕਮ ਹੈ ਭਾਈ ਸੇਵਾ ਕਰਨੀ ਤੋ ਇਸ ਤਰ੍ਹਾਂ ਦਇਆ ਦਾ ਭਾਵ ਹਿਰਦੇ ਚ ਆਪਣੇ ਚ ਰੱਖਣਾ ਦੇਖ ਦੁਖੀ ਕੇ ਦਇਆ ਉਪਾਵੋ ਕੋਈ ਵੀ ਨਾ ਕਰ ਸਕੋ ਘਟੋ ਘਟਹਾ ਦਾ ਨਾਰਾ ਤਾਂ ਮਾਰੋ ਹਾ ਦਾ ਨਾਰਾ ਯਾਨੀ ਕਿ ਜੇ ਨਹੀਂ ਦੇ ਸਕਦੇ ਦਾਨ ਨਹੀਂ ਭੋਜਨ ਸ਼ਿਕਾ ਸਕੇ ਘਟੋ ਘਟ ਕੋਈ ਬੰਦਾ ਦੁਖੀ ਹੋਵੇ ਉਹਨੂੰ ਵੇਖ ਕੇ ਮਨ ਦੇ ਵਿੱਚ ਦਇਆ ਦਾ ਭਾਵ ਤਾਂ ਆਵੇ ਕਿ ਇਸ ਵਿਚਾਰੇ ਜੀਵ ਨੂੰ ਲੋੜ ਹੈ ਉਹਦੇ ਲਈ ਅਰਦਾਸ ਬੇਨਤੀ ਕਰ ਦੇਵੇ ਪਰਮੇਸ਼ਰ ਅਗੇ ਵਾਹਿਗੁਰੂ ਤਰਸ ਕਰੀਏ ਇਹਦੇ ਤੇ ਇਹਦੇ ਤੇ ਦਇਆ ਕਰਿਓ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਤੜਫਦਾ ਹੋਵੇ ਸਾਡੇ ਹਾਸੇ ਨਿਕਲਦੇ ਹੁੰਦੇ ਆ ਹਿਰਦੇ 'ਚ ਇੰਨੀ ਕਠੋਰਤਾ ਹੀ ਬਿਰਤੀ ਆ ਗਈ ਹੈ ਸਾਡਿਆਂ ਹਿਰਦਿਆਂ 'ਚ ਪੱਥਰੀ ਬਣ ਗਿਆ ਇਨਸਾਨ ਦਾ ਹਿਰਦਾ ਤੜਫਦੇ ਪਏ ਬੰਦੇ ਨੂੰ ਨਹੀਂ ਤੱਕਦੇ ਵੇਖਦੇ ਕੋਈ ਤਰਸ ਕੋਈ ਦਇਆ ਦਾ ਭਾਵ ਹੀ ਨਹੀਂ ਰਿਹਾ ਇਹੋ ਜਾਂ ਵਰਤਾਰਾ ਸੰਸਾਰ ਦੇ ਵਿੱਚ ਵਰਤ ਰਿਆ ਕਸਾਈਆਂ ਵਾਲੀ ਬਿਰਤੀ ਬਣ ਗਈ ਹੈ ਕਿਤੇ ਨਹੀਂ ਕੋਈ ਦਇਆ ਰਹ ਗਈ ਕਿਸੇ ਦੀਪਜੀਵ ਪ੍ਰਤੀ ਚਾਹੇ ਕਿਸੇ ਵੀ ਪ੍ਰਕਾਰ ਦੇ ਸੰਸਾਰ ਦੇ ਵਿੱਚ ਵਰਤਾਰੇ ਵਿੱਚ ਵੇਖ ਲਈਏ ਕੋਈ ਦਇਆ ਹੈ ਕੋਈ ਲੋੜਬੰਦ ਵਿਚਾਰਾ ਮਜਬੂਰੀ ਬਸ ਹੋ ਕੇ ਜਾਂਦਾ ਉਹਦੀ ਚੰਗੀ ਤਰ੍ਹਾਂ ਖਲ ਲਾਈ ਜਾਂਦੀ ਕਿਤੇ ਵੀ ਉਹ ਚਲਾ ਜਾਏ ਇਹ ਹੁਣ ਕਾਬੂ ਆਇਆ ਹੋਇਆ ਹੈ। ਤੋਂ ਇਸ ਕਰਕੇ ਦਇਆ ਦਾ ਭਾਵ ਨਹੀਂ ਰਿਹਾ। ਘਟੋ-ਘਟ ਕਿਸੇ ਦਾ ਦੁੱਖ ਵੇਖ ਕੇ ਆਪਣੇ ਮਨ ਵਿੱਚ ਭਾਈ ਦਇਆ ਸਿੰਘ ਜੀ ਕਹਿੰਦੇ ਦਇਆ ਉਪਾਉਣੀ ਹੈ। ਦਇਆ ਸਿੰਘ ਜੀ ਅਸਲ ਵਿੱਚ ਖਾਲਸੇ ਪੰਥ ਵਿੱਚ ਦਇਆ ਦਾ ਰੂਪ ਹਨ। ਪੰਥ ਦੇ ਵਿੱਚ ਦਇਆ ਸਿੰਘ ਜੀ ਹੀ ਦਇਆ ਦਾ ਸਰੂਪ ਹਨ। ਜਥਾ ਸ਼ਕਤ ਤਿਸ ਕਸ਼ਟ ਮਿਟਾਵੋ ਜਥਾ ਸ਼ਕਤ ਯਤਨ ਕਰਨਾ ਵੀ ਉਹਦੇ ਦੁੱਖ ਨੂੰ ਉਹਦੇ ਕਸ਼ਟ ਨੂੰ ਨਿਵਾਰਨਾ ਹੈ ਕਰਨ ਦਇਆ ਕੋ ਪੁੰਨ ਕਨੇਰਾ ਭਾਈ ਦਇਆ ਸਿੰਘ ਜੀ ਕਹਿੰਦੇ ਦਇਆ ਕਰਨ ਦਾ ਬੜਾ ਵੱਡਾ ਪੁੰਨ ਹੈ ਖਾਲਸਾ ਜੀ ਕਿਸੇ ਤੇ ਦਇਆ ਕਰਨੀ ਇਹ ਬੜਾ ਵੱਡਾ ਪੁੰਨ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ 86 ਤੀਰਥ ਸਗਲ ਪੁੰਨ 18 ਤੀਰਥਾਂ ਦੇ ਇਸ਼ਨਾਨ ਤੇ ਦੁਨੀਆਂ ਦੇ ਸਾਰੇ ਪੁੰਨ ਪ੍ਰਾਪਤ ਹੋ ਜਾਂਦੇ ਹਨ ਜੀ ਦਇਆ ਪਰਵਾਨ ਕਿਸੇ ਜੀ ਤੇ ਦਇਆ ਕਰੀਏ ਤੇ ਸਾਰੇ ਸ਼ੁਭ ਗੁਣ ਇਹ ਸਾਰੇ ਪੁੰਨ ਪ੍ਰਵਾਨ ਹੋ ਜਾਂਦੇ ਉਹ ਦਇਆ ਹੀ ਇਹ ਸਾਰੇ ਪੁੰਨ ਬਣ ਜਾਂਦੀ ਹੈ ਅਠਾਰ ਪੀਰਥਾਂ ਦਾ ਇਸ਼ਨਾਨ ਬਣ ਜਾਂਦਾ ਹੈ ਦਇਆ ਕਰ ਤੋਏ ਵੱਡੋਂ ਵੱਡੇਰਾ ਜਦੋਂ ਦਇਆ ਕਰੀਦੀ ਆ ਦਇਆ ਕਰਨ ਵਾਲਾ ਵੱਡੇ ਤੋਂ ਵੱਡਾ ਹੋ ਜਾਂਦਾ ਹੈ ਉਹ ਹੋਰ ਵੱਡਾ ਹੁੰਦਾ ਚੱਲਿਆ ਜਾਂਦਾ ਜਿਹੜਾ ਦਇਆ ਕਰਦਾ ਹੈ ਤਾਂ ਦਇਆ ਕਰਨ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਦਇਆ ਕਰਨ ਦੇ ਨਾਲ ਤਾਂ ਭਾਈ ਜਿਹੜਾ ਦਇਆ ਕਰਦਾ ਉਹ ਵੱਡਿਆਂ ਤੋਂ ਵੱਡਾ ਹੁੰਦਾ ਹੈ ਜੇ ਜੇ ਵੱਡੇ ਦਇਆ ਔਰ ਧਾਰੈ ਅਸਲ ਦੇ ਵਿੱਚ ਵੱਡਾ ਹੈ ਓ ਜਿਹਦੇ ਹਿਰਦੇ ਚ ਦਇਆ ਹੋਵੇ ਆਖੋ ਸਤਨਾਮ ਸ੍ਰੀ ਵਾਹਿ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਦਇਆ ਕਰਕੇ ਕੋਈ ਵੱਡਾ ਹੁੰਦਾ ਪਰ ਭਾਈ ਸਾਹਿਬ ਕਹਿੰਦੇ ਮੈਂ ਤਾਂ ਇਹ ਕਹਿਣਾ ਵੀ ਵੱਡਾ ਹੈ ਓ ਜਿਹਦੇ ਹਿਰਦੇ ਚ ਦਇਆ ਹੈ ਜਿਹਦੇ ਅੰਦਰ ਦਇਆ ਨਹੀਂ ਉਹ ਕਾਹਦਾ ਵੱਡਾ ਭਵੇਂ ਤਖਤ ਤੇ ਬੈਠਾ ਹੋਵੇ ਜਿਹਦੇ ਅੰਦਰ ਦਇਆ ਹੀ ਕੋਈ ਨਹੀਂ ਤਰਸ ਹੀ ਕੋਈ ਨਹੀਂ ਉਹ ਕੋਈ ਤਖਤ ਦਾ ਮਾਲਕ ਥੋੜੀ ਉਹ ਵੱਡਾ ਥੋੜੀ ਹੋ ਸਕਦਾ ਮਹਾ ਨੀਚ ਬੰਦਾ ਹੋ ਸਕਦਾ ਉਹ ਵੀ ਤਖਤ ਬਹਿ ਕੇ ਪੂਰੇ ਸਰਕਾਰ ਦੇ ਤਖਤ ਦੇ ਉੱਤੇ ਬਹਿ ਕੇ ਉਹਦੇ ਅੰਦਰ ਦਇਆ ਨਾ ਹੋਵੇ ਕਿਸੇ ਪ੍ਰਤੀ ਆਪਣੀ ਪ੍ਰਜਾ ਪ੍ਰਤੀ ਉਹ ਕਾਦਾ ਰਾਜਾ ਉਹ ਕਾਦਾ ਵੱਡਾ ਹੈ ਉਹ ਨੀਚ ਹੈ ਇਸ ਕਰਕੇ ਗੁਰਮੁਖੋ ਜਿਹੜਾ ਵੱਡਾ ਹੁੰਦਾ ਉਹਦੇ ਅੰਦਰ ਦਇਆ ਹੁੰਦੀ ਹੈ ਭਾਈ ਦਇਆ ਸਿੰਘ ਜੀ ਕਹਿੰਦੇ ਹਾਂਜੀ ਮਨ ਕੋਮਲ ਤੇ ਕਸ਼ਟ ਨਿਵਾਰੇ ਔਰ ਆਪਣੇ ਕੋਮਲ ਮਨ ਤੋਂ ਜਿਹੜੇ ਵੱਡੇ ਹੁੰਦੇ ਆ ਲੋਕਾਂ ਦੇ ਕਸ਼ਟ ਦੂਰ ਕਰਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਵਿੱਚ ਯਤਨ ਕਰਦੇ ਹਨ ਜਿਹੜੇ ਵੱਡੇ ਨੇ ਦਇਆ ਵਾਲੇ ਨੇ ਔਰ ਕੋਮਲ ਹਿਰਦੇ ਵਾਲੇ ਨੇ ਕਰੇ ਦੀਨ ਕੋ ਸੁਖੀ ਬਿਸਾਲਾ ਦੁਖੀ ਨੂੰ ਸੁਖੀ ਕਰਨ ਦਾ ਯਤਨ ਕਰਦੇ ਹਨ ਆਦ ਪਰਮੇਸ਼ਰ ਵੱਡੇ ਕਿਰਪਾਲਾ ਕਹਿੰਦੇ ਹੁਣ ਵੇਖੋ ਪਰਮੇਸ਼ਰ ਕਿੱਡਾ ਵੱਡਾ ਉਹ ਕਿਉਂ ਵੱਡਾ ਕਿਉਂਕਿ ਸਾਡੇ ਦੋਸ਼ ਵੇਖ ਕੇ ਵੀ ਸਾਡੇ ਤੇ ਦਇਆ ਕਰਦਾ ਦੁੱਖ ਨ ਦੇਖਤ ਹੈ ਪਰ ਦਿੱਤ ਨਹਰ ਦੋਸ਼ ਵੇਖ ਕੇ ਵੀ ਸਾਨੂੰ ਦਇਆ ਕਰਕੇ ਦਿੰਦਾ ਹੈ ਇਹੋ ਜਾਂ ਵੱਡਾ ਵਾਹਿਗੁਰੂ ਪਰਮੇਸ਼ਰ ਹੈ ਸੱਚ ਸੱਚ ਬੋਲੋ ਸੁਖ ਦੇਤ ਬਡੇਰਾ ਹੁਣ ਸੱਚ ਦੱਸਦੇ ਨੇ ਕਹਿੰਦੇ ਸਿੰਘੋ ਸੱਚ ਬੋਲਣਾ ਹਮੇਸ਼ਾ ਕਿਉਂਕਿ ਸੱਚ ਬੋਲਿਆ ਹੀ ਤੁਹਾਨੂੰ ਸੁਖ ਦੇਵੇਗਾ ਬੋਲਿਆ ਹੋਇਆ ਝੂਠ ਹਮੇਸ਼ਾ ਮਨ 'ਚ ਢੁਡਕੂ ਲੱਗਾ ਰਹਿੰਦਾ ਪਤਾ ਨਾ ਲੱਗ ਜੇ ਡਰ ਭੈ ਬਣਿਆ ਜਦੋਂ ਸੱਚ ਬੋਲਿਆ ਬੰਦਾ ਸੁਰਖਰੂ ਹੁੰਦਾ ਇਸ ਕਰਕੇ ਗੁਰਸਿੱਖੋ ਸੱਚ ਬੋਲਣਾ ਹਮੇਸ਼ਾ ਰਸਨਾ ਤੋਂ ਤਾ ਜੋ ਕੂੜ ਦੁੱਖ ਦਾਇ ਕਨੇਰਾ ਔਰ ਜਿਹੜਾ ਝੂਠ ਹੈ ਉਹਨੂੰ ਛੱਡਣਾ ਆਪਣੀ ਜ਼ੁਬਾਨ ਤੋਂ ਕਿਉਂਕਿ ਝੂਠ ਬੜਾ ਦੁੱਖ ਦਿੰਦਾ ਹੈ ਇਹ ਬੜੇ ਡਾਡੇ ਦੁੱਖ ਦਿੰਦਾ ਜਿਹੜਾ ਝੂਠ ਹੈ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੈਤਰੀ ਭਾਵ ਹੁਣ ਮੈਤਰੀ ਭਾਵ ਕੀ ਹੈ ਵੀ ਰੱਖਣਾ ਸਿੰਘੋ ਆਪਣੇ ਹਿਰਦੇ ਚ ਮੈਤਰੀ ਭਾਵ ਵੀ ਰੱਖਣਾ ਭਾਈ ਦਇਆ ਸਿੰਘ ਜੀ ਕਹਿੰਦੇ ਪਰ ਸੁਖ ਪਿਖ ਤਪ ਤੋਂ ਔਰ ਨਾਈ ਮੈਤਰੀ ਭਾਵ ਕੀ ਹੁੰਦਾ ਕਿਸੇ ਦੂਜੇ ਦਾ ਸੁਖ ਵੇਖ ਕੇ ਮਨ ਚ ਈਰਖਾ ਨਾ ਕਰਨੀ ਆਮ ਕਰਕੇ ਬੰਦਾ ਪਰੇਸ਼ਾਨ ਹੋ ਇਸ ਕਰਕੇ ਹੋ ਜਾਂਦਾ ਵੀ ਦੂਜੇ ਕੋਲ ਆ ਸੁਖ ਹੈ ਪਰਾਇਆ ਸੁਖ ਵੇਖ ਕੇ ਦੁਖੀ ਹੋ ਜਾਣਾ ਮਨ 'ਚ ਦਵੇਸ਼ ਆ ਜਾਣੀ ਵੀ ਇਹਨੂੰ ਕਿਉਂ ਮਿਲੇ ਨੇ ਮੈਨੂੰ ਨਹੀਂ ਮਿਲੇ ਸੁਖ ਜਿਹੜੇ ਏਦਾਂ ਦੀ ਬਿਰਤੀ ਰੱਖਦੇ ਨੇ ਪਾਪ ਬੇਅਰਥ ਹੋਤ ਸਿਰ ਤਾਹੀ ਉਹਦੇ ਸਿਰ ਦੇ ਉੱਤੇ ਵੱਡਾ ਭਾਰੀ ਪਾਪ ਲੱਗਦਾ ਜਿਹੜਾ ਪਰਾਇਆ ਸੁਖ ਵੇਖ ਕੇ ਮਨ 'ਚ ਦੁਖੀ ਹੁੰਦਾ ਪਰ ਮੈਤਰੀ ਭਾਵ ਕੀ ਹੈ ਵੀ ਪਰਾਏ ਦਾ ਸੁਖ ਵੇਖ ਕੇ ਸਗੋਂ ਮਨ 'ਚ ਖੁਸ਼ੀ ਹੋਣੀ ਵਾਹਿਗੁਰੂ ਨੂੰ ਵੀ ਪਰਮੇਸ਼ਰ ਨੇ ਇਹਨੂੰ ਸੁੱਖ ਦਿੱਤਾ ਪਰ ਜਦੋਂ ਕੋਈ ਈਰਖਾ ਰੱਖਦਾ ਹੈ ਵੀ ਇਹਨੂੰ ਕਿਉਂ ਮਿਲ ਗਿਆ ਇਹਦੇ ਖੇਤਾਂ 'ਚ ਜ਼ਿਆਦਾ ਵਧੀਆ ਫਸਲ ਹੈ ਮੇਰੇ 'ਚ ਮਾੜੀ ਹੈ ਇਹਦੀ ਕਿਉਂ ਹੋ ਗਈ ਇਦਾਂ ਜਿਹੜੀ ਦੁਸ਼ਵੈਸ਼ ਆ ਜਾਂਦੀ ਹੈ ਇਦਾਂ ਦੀ ਜਿਹੜੀ ਈਰਖਾ ਆ ਜਾਂਦੀ ਪ੍ਰਾਏ ਦਾ ਸੁੱਖ ਵੇਖ ਕੇ ਆਹ ਗੁਰਸਿੱਖ ਨੇ ਆਪਣੇ ਹਿਰਦੇ 'ਚ ਨਹੀਂ ਕਰਨੀ ਇਸੇ ਨੂੰ ਮੈਤਰੀ ਭਾਵ ਕਹਿੰਦੇ ਨੇ ਇੱਕ ਤੋਰ ਦਾ ਤਪੇ ਦੁੱਖ ਪਾਵੇ ਦੇਖੋ ਭਾਈ ਦਇਆ ਸਿੰਘ ਜੀ ਕਹਿੰਦੇ ਦਾ ਨੁਕਸਾਨ ਕਿੱਡਾ ਵੱਡਾ ਹੈ ਵੀ ਪਰਾਏ ਦਾ ਸੁੱਖ ਵੇਖ ਕੇ ਜਦੋਂ ਅਸੀਂ ਮਨ 'ਚ ਦੁਖੀ ਹੋਈਏ ਈਰਖਾ ਹੋ ਜਾਏ ਮਨ 'ਚ ਕਹਿੰਦੇ ਇੱਕ ਤਾਂ ਸਾਡਾ ਆਪਣਾ ਮਨ ਤਪਦਾ ਹੈ ਇੱਕ ਤਾਂ ਸਾਡਾ ਆਪਣਾ ਮਨ ਤਪਿਆ ਦੂਜੇ ਦਾ ਸੁੱਖ ਵੇਖ ਕੇ ird ਦੇ 'ਚ ਈਰਖਾ ਨਾਲ ਸੜਨ ਲੱਗਾ ਪਿਕੋ ਪਲੇ ਕੁਛ ਹੱਥ ਨਾ ਆਵੇ ਤੇ ਵੇਖੇ ਤੇ ਪਰ ਹੱਥ ਵਿੱਚ ਨਹੀਂ ਆਉਂਦਾ ਕੁਝ ਮਨ ਹੀ ਮਨ ਕ੍ਰਿਜਦਾ ਰਹਿੰਦਾ ਕਿੱਡਾ ਵੱਡਾ ਦੁੱਖ ਹੈ ਪੁਨ ਪਰਮੇਸ਼ਰ ਕੋਪ ਕਰਨਤਾ ਇੱਕ ਤਾਂ ਆਪਣਾ ਹਿਰਦਾ ਛੜਿਆ ਦੂਜਾ ਰੱਬ ਦੀ ਕਰੋਪੀ ਹੋਈ ਜਦੋਂ ਕਿਸੇ ਦੀ ਖੁਸ਼ੀ ਵੇਖ ਕੇ ਸਾਡਾ ਮਨ ਦੁਖੀ ਹੋਵੇ ਫਿਰ ਰੱਬ ਦੀ ਕਰੋਪੀ ਹੁੰਦੀ ਆ ਉਹਦੇ ਤੇ ਕਹਿੰਦਾ ਕੀ ਕਰੋਪੀ ਹੋਈ ਰੱਬ ਦੀ ਉਹ ਦੱਸਦੇ ਹਨ ਮੋਹੇ ਦਿਓ ਪਿਖ ਇਹ ਜਰੰਤਾ ਰੱਬ ਵੇਖ ਕੇ ਫਿਰ ਕਰੋਪੀ ਕਰਦਾ ਉਹ ਕਹਿੰਦਾ ਇਸ ਨੂੰ ਮੈਂ ਦਿੱਤਾ ਤੇ ਮੇਰੇ ਦਿੱਤੇ ਨੂੰ ਵੇਖ ਕੇ ਛੜਦਾ ਇਹ ਈਰਖਾ ਕਰਦਾ ਕਿ ਰੱਬ ਦੇ ਰੱਬ ਵੀ ਰੋਸ ਜਾਂਦਾ ਪਰਮੇਸ਼ਰ ਵੀ ਫਿਰ ਉਸ ਵੇਲੇ ਰੋਸ ਵਿੱਚ ਆ ਜਾਂਦਾ ਕਿ ਮੈਂ ਇਹਨੂੰ ਦਿੱਤਾ ਇਹ ਵੇਖ ਕੇ ਸੜੀ ਜਾਂਦਾ ਕਿਰਜ ਰਾਜ ਬੰਦਾ ਇਸ ਕਰਕੇ ਨਹੀਂ ਦੁਖੀ ਮੇਰੇ ਕੋਲ ਕਾਰ ਨਹੀਂ ਹੈ ਦੂਜੇ ਕੋਲ ਵਧੀਆ ਕਿਉਂ ਹੈ ਇਸ ਕਰਕੇ ਨਹੀਂ ਦੁਖੀ ਹੈ ਕਿ ਮੇਰੇ ਕੋਲ ਮਕਾਨ ਨਹੀਂ ਦੂਜੇ ਕੋਲ ਕਿਉਂ ਹੈ ਇਦਾਂ ਦੀ ਈਰਖਾ ਅੱਜ ਕੱਲ ਚੱਲਦੀ ਹੈ ਸੰਸਾਰ 'ਚ ਪਰ ਭਾਈ ਸਾਹਿਬ ਕਹਿੰਦੇ ਜਿਹੜੇ ਇਦਾਂ ਦੀ ਈਰਖਾ ਕਰਦੇ ਆ ਰੱਬ ਰੁੱਸ ਜਾਂਦਾ ਉਹਨਾਂ ਨਾਲ ਉਹਨਾਂ ਤੇ ਰੱਬ ਦੀ ਕਰੋਪੀ ਹੁੰਦੀ ਹੈ ਵੇ ਮੇਰੇ ਦਿੱਤੇ ਨੂੰ ਵੇਖ ਕੇ ਆਪਣੇ ਮਨ ਚ ਈਰਖਾ ਕਰਦਾ ਹੈ ਇਤਿਆਦਕ ਇਸ ਮੈਂ ਬਹੁ ਦੋਖ ਇਹਦੇ ਵਿੱਚ ਬੜੇ ਵੱਡੇ ਦੋਸ਼ ਹਨ ਸੰਤੋਖ ਇਸ ਕਰਕੇ ਭਾਈ ਮੈਤਰੀ ਭਾਵ ਰੱਖਣਾ ਇਹ ਬਿਰਤੀ ਛੱਡ ਦੇਣੀ ਹੈ ਜਿਹੜੀ ਇਦਾਂ ਦੀ ਬਿਰਤੀ ਹੈ ਫਿਰ ਹੁਣ ਸੰਤੋਖ ਬਾਰੇ ਦੱਸਦੇ ਹਨ ਕਿ ਸੰਤੋਖ ਕੀ ਹੈ ਲਾਲਚ ਤਜੇ ਤਰੈ ਸੰਤੋਖ ਲਾਲਚ ਦਾ ਤਿਆਗ ਕਰਕੇ ਹਿਰਦੇ ਚ ਸਬਰ ਰੱਖੇ ਨੂੰ ਸੰਤੋਸ਼ ਕਹਿੰਦੇ ਐ ਲਾਲਚ ਕੀ ਹੈ ਲੋੜ ਤੋਂ ਵੱਧ ਪ੍ਰਾਪਤੀ ਦੀ ਇੱਛਾ ਕਾ ਨਾਮ ਲਾਲਚ ਹੈ ਜਿੰਨੀ ਜ਼ਰੂਰਤ ਹੈ ਉਹਦੇ ਤੋਂ ਵੱਧ ਅੱਛਾ ਰੱਖਣੀ ਉਹਨੂੰ ਲਾਲਚ ਕਹਿੰਦੇ ਐ ਤੋਂ ਭਾਈ ਸਾਹਿਬ ਕਹਿੰਦੇ ਲੋਭ ਲਾਲਚ ਦਾ ਤਿਆਗ ਕਰਕੇ ਹਿਰਦੇ ਵਿੱਚ ਸੰਤੋਸ਼ ਰੱਖਣਾ ਹੈ ਤਿਆਗਣੇ ਜੋਗ ਕਰਮ ਹੁਣ ਤਿਆਗਣੇ ਕਿਹੜੇ ਨੇ ਕਰਮ ਉਹ ਦੱਸਦੇ ਹਨ ਪਰ ਤ੍ਰਿਅ ਪਰ ਤਨ ਪਰ ਕੀ ਅੰਸ਼ ਪਰਾਇ ਤ੍ਰਿਆ ਪਰਾਇ ਸਤਰੀ ਤਿਆਗਣੀ ਹੈ ਪਰਾਇਆ ਧਨ ਤਿਆਗਣਾ ਹੈ ਜਿਹੜੀ ਕਿਸੇ ਪਰਾਏ ਦੀ ਸਾਡੇ ਕੋਲ ਅੰਸ਼ ਪਈ ਹੈ ਪਰਾਏ ਦੀ ਕੋਈ ਵਸਤੂ ਮੰਨ ਲਓ ਕਿਸੇ ਨੇ ਸਾਡੇ ਕੋਲ ਰੱਖੀ ਤੇ ਸਾਡੀ ਬਿਰਤੀ ਮਾੜੀ ਹੋ ਜਾਏ ਯੋ ਤਾਂ ਭੁੱਲ ਗਿਆ ਨਾ ਵੀ ਰੱਖਣੀ ਨਹੀਂ ਭਵੇਂ ਉਹ ਭੁੱਲ ਗਿਆ ਹੋਵੇ ਜਿਹਦੀ ਹੈ ਉਹਦੀ ਅਮਾਨਤ ਉਹਨੂੰ ਦੇ ਦੇਣੀ ਹੈ ਪਰਾਏ ਦੀ ਅੰਸ ਰੱਖਣੀ ਇਹ ਵੀ ਮਾੜੀ ਬਿਰਤੀ ਹੈ ਪਰ ਇਸਤਰੀ ਭੋਗੀ ਹੋਣਾ ਪਰਾਏ ਧਨ ਦੀ ਕਾਂਖਾ ਰੱਖਣੀ ਜਾਂ ਜੋ ਮਿਲੇ ਤਾਂ ਉਹਨੂੰ ਲੁਕਾ ਲੈਣਾ ਇਦਾਂ ਦੀਆਂ ਜਿਹੜੀਆਂ ਭੈੜੀਆਂ ਬਿਰਤੀਆਂ ਨੇ ਇਹ ਤਿਆਗਣੀਆਂ ਨੇ ਇਹ ਕਰਮ ਤਿਆਗਣੇ ਹਨ ਨੈਲੇ ਹੋ ਲਹੇ ਜੋ ਕਰੇ ਵਿਦਵੰਸ ਭਾਈ ਦਇਆ ਸਿੰਘ ਕਹਿੰਦੇ ਤਿੰਨੇ ਚੀਜ਼ਾਂ ਨਹੀਂ ਲੈਣੀਆਂ ਪਰ ਤ੍ਰਿਆ ਪਰ ਧਨ ਤੇ ਪ੍ਰਾਏ ਦੀ ਅੰਸ ਜਿਹੜਾ ਲਏਗਾ ਉਹਦਾ ਸਾਰਾ ਕੁਝ ਨਾਸ਼ ਹੋ ਜਾਏਗਾ ਕੁਝ ਨਹੀਂ ਰਹੇਗਾ ਉਹਦਾ ਜਿਹੜਾ ਇਹ ਸਾਰਾ ਕੁਝ ਲਏਗਾ ਕਹਿੰਦੇ ਭਾਈ ਉਹਦਾ ਸਾਰਾ ਕੁਝ ਵਿਦਵੰਸ ਵਿਦਵੰਸ ਕਹਿੰਦੇ ਨਾਸ਼ ਹੋ ਜਾਏਗਾ ਖੀਮਾ ਆਪਣੇ ਤੇ ਨਿਰਬਲ ਕੋ ਜਾਨ ਹੁਣ ਖਿਮਾ ਕਿਸ ਨੂੰ ਕਹਿੰਦੇ ਖਿਮਾ ਅਸੀਂ ਅਕਸਰ ਨਾ ਜੇ ਤੇ ਸਾਡਾ ਜੋਰ ਨਾ ਚੱਲੇ ਉਹਨੂੰ ਕਹਿੰਨੇ ਜਾਂ ਤੈਨੂੰ ਮaaf ਕੀਤਾ ਜੋਰ ਨਾ ਚੱਲੇ ਤੇ ਕਹਿੰਦਾ ਮaaf ਕੀਤਾ ਇਹਨੂੰ ਮੈਂ ਜੀ ਮੈਂ ਮaaf ਕਰ ਦਿੱਤਾ ਤੇ ਪਰ ਕੋਈ ਗਰੀਬ ਆਜੇ ਨਾ ਫਿਰ ਦਾੜ ਥੱਲੇ ਉਦੋਂ ਫਿਰ ਕਿੱਥੇ ਜਾਂਦੀ ਮਾਫੀ ਉਦੋਂ ਕਿੱਥੇ ਜਾਂਦੀ ਆ ਖਿਮਾ ਪਾਈ ਯਾਨੀ ਕਿ ਬੰਦਾ ਬਰਾਬਰ ਦੇ ਉੱਤੇ ਜਾਂ ਆਪਣੇ ਵੱਡੇ ਤੋਂ ਤਾਂ ਕਹਿੰਦਾ ਮੇਰੀ ਮੇਰੀ ਖਿਮਾ ਜੀ ਕਿਉਂਕਿ ਜੋਰ ਨਹੀਂ ਚੱਲਦਾ ਜਿਹੜਾ ਵਿਚਾਰਾ ਕੋਈ ਗਰੀਬ ਹੈ ਉਹਦੇ ਤੇ ਆਪਣਾ ਜੋਰ ਵਿਖਾਣਾ ਉਹਦੇ ਤੇ ਆਪਣਾ ਤਾਣ ਵਿਖਾਣਾ ਉਹਨੇ ਕਿਹੜਾ ਵਿਚਾਰੇ ਦੇ ਅੱਗੋਂ ਕੁਸਕਣਾ ਤੋਂ ਇਸ ਪ੍ਰਕਾਰ ਕਹਿੰਦੇ ਭਾਈ ਉਸ ਨਿਰਬਲ ਨੂੰ ਵੇਖ ਕੇ ਉਹਦੇ ਤੇ ਤਰਸ ਕਰਨਾ ਉਹਦੀ ਜੇ ਗਲਤੀ ਹੈ ਉਹਨੂੰ ਖਿਮਾ ਕਰ ਦੇਣਾ ਇਹਨੂੰ ਕਹਿੰਦੇ ਅਸਲ 'ਚ ਖਿਮਾ ਹਾਂਜੀ ਇਸ ਪਰ ਕੋਪ ਨਾ ਕਰੋ ਸੁਜਾਨ ਕਹਿੰਦੇ ਸਿਆਣੂ ਕਿਸੇ ਨਿਰਬਲ ਕਮਜ਼ੋਰ ਦੇ ਭੁੱਲ ਵੇਖ ਕੇ ਉਹਦੇ ਤੇ ਆਪਣਾ ਕੋਪ ਨਾ ਕਰੋ ਉਹਦੇ ਤੇ ਆਪਣਾ ਕ੍ਰੋਧ ਨਾ ਵਿਖਾਓ ਉਹਨੂੰ ਖਿਮਾ ਕਰ ਦੇਣਾ ਇਹਨੂੰ ਖਿਮਾ ਕਹਿੰਦੇ ਹਨ ਕਿਸੇ ਦੀ ਭੁੱਲ ਨੂੰ ਕਿਸੇ ਦੀ ਗਲਤੀ ਨੂੰ ਜੇ ਉਹ ਮੰਨ ਰਿਹਾ ਹੈ ਖਿਮਾ ਕਰ ਦੇਣਾ ਇੱਕ ਖਿਮਾ ਦਾ ਭਾਵ ਗੁਰਸਿੱਖ ਵਿੱਚ ਸਿੰਘ ਹੋਣਾ অতি ਜ਼ਰੂਰੀ ਹੈ। ਨਿਰਅਭਿਮਾਨਤਾ ਹੁਣ ਨਿਰਭਵਾਨੀ ਕੀ ਹੈ? ਨਿਰਭਵਾਨੀ ਕਿੰਨੂੰ ਕਹਿੰਦੇ ਅਸੀਂ ਕਹਿੰਦੇ ਜੀ ਅਸੀਂ ਨਹੀਂ ਕੋਈ ਮਾਣ ਕੀਤਾ ਜੀ ਕਦੇ। ਜੀ ਅਸੀਂ ਕਦੇ ਮਾਣ ਹੀ ਨਹੀਂ ਕੀਤਾ ਸਾਨੂੰ ਰੱਬ ਨੇ ਇੰਨਾ ਕੁਝ ਦਿੱਤਾ। ਮਾਣ ਹੀ ਨਹੀਂ ਕੀਤਾ ਇਹਦਾ ਵੀ ਤਾਂ ਮਾਣ ਕਰ ਰਹੇ ਆਂ ਵੀ ਮੈਂ ਤਾਂ ਕਦੇ ਮਾਣ ਹੀ ਨਹੀਂ ਕੀਤਾ ਇਹ ਵੀ ਤਾਂ ਇੱਕ ਮਾਣ ਹੀ ਹੈ ਨਾ। ਆਖੋ ਜਤਨਾਮ ਸ੍ਰੀ ਵਾਹਿਗੁਰੂ। ਏ ਵੀ ਤਾਂ ਅੱਗੇ ਮਾਨ ਹੀ ਬਣ ਗਿਆ ਨਿਰਭਾਨੀ ਕੌਣ ਹੁੰਦਾ ਹੁਣ ਉਹ ਸੁਣੋ ਭਾਈ ਵਿਦਿਆ ਕੈਸ ਰੂਪ ਹੈ ਤਨ ਕੋ ਜਿਹਦੇ ਕੋਲ ਚੰਗੀ ਵਿਦਿਆ ਹੈ ਜਿਹੜਾ ਕੋਈ ਚੰਗਾ ਪੜ੍ਹਿਆ ਲਿਖਿਆ ਜਿਸ ਨੇ ਕੋਈ ਚੰਗਾ ਹੁਨਰ ਪ੍ਰਾਪਤ ਕੀਤਾ ਹੋਇਆ ਜਿਹੜਾ ਕੋਈ ਚੰਗੀ ਵਿਦਿਆ ਨੂੰ ਪ੍ਰਾਪਤ ਹੈ ਜਾਂ ਫਿਰ ਜਿਹੜਾ ਚੰਗਾ ਰੂਪवान ਸ਼ਕਲ ਸੂਰਤ ਚੰਗੀ ਸੋਹਣੀ ਦਿੱਤੀ ਆ ਰੱਬ ਨੇ ਬੁੱਧੀ ਵਿਸਾਲ ਕੈ ਦੀਰਗ ਧਨ ਕੋ ਜਾਂ ਦਿਮਾਗ ਬੜਾ ਹੋਣਾ ਬਹੁਤ ਜ਼ਿਆਦਾ ਵਿਸ਼ਾਲ ਬੁੱਧੀ ਹੋਣੀ ਜਾਂ ਫਿਰ ਪੈਸਾ ਬਹੁਤ ਜ਼ਿਆਦਾ ਧਨ ਬਹੁਤ ਹੋਣਾ ਇਤਿਆਦਕ ਤੇ ਗਰਬ ਨਾ ਧਰੀਏ ਦਾ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਮਨ 'ਚ ਹੰਕਾਰ ਨਾ ਆਵੇ ਇਸੇ ਨੂੰ ਨਿਰਅਭਮਾਨੀ ਦੀ ਅਵਸਥਾ ਕਹਿੰਦੇ ਸੋਹਣਾ ਰੂਪ ਹੋਵੇ ਤਾਂ ਮਾਣ ਆ ਜਾਂਦਾ ਹੈ ਚੰਗਾ ਪੜਿਆ ਲਿਖਿਆ ਹੋਵੇ ਵਿਦਵਾਨ ਹੋਵੇ ਉਹਨੂੰ ਮਾਣ ਆ ਜਾਂਦਾ ਹੈ ਧਨ ਧਨ ਵਾਲਾ ਧਨਵਾਨ ਹੋਵੇ ਉਹਨੂੰ ਮਾਣ ਆ ਜਾਂਦਾ ਹੈ ਇਸੇ ਤਰ੍ਹਾਂ ਵਿਸ਼ਾਲ ਦਿਮਾਗ ਜਿਆਦਾ ਹੋਵੇ ਉਹਨੂੰ ਵੀ ਮਾਣ ਆ ਜਾਂਦਾ ਵੀ ਮੇਰਾ ਦਿਮਾਗ بڑا ਹੈ ਮੈਂ ਬੜਾ ਕੁਝ ਯਾਦ ਕਰ ਲਈਨਾ ਮਿੰਟਾਂ ਸੈਕਿੰਟਾਂ ਚ ਤੋਂ ਇਹ ਵੀ ਮਾਣ ਇਹਦਾ ਮਾਣ ਨਾ ਕਰਨਾ ਇਹ ਸਾਰੀਆਂ ਚੀਜ਼ਾਂ ਦਾ ਉਹਨੂੰ ਕਹਿੰਦੇ ਨੇ ਨਿਰਅਭਮਾਨੀ ਹੋਣਾ ਹਾਂਜੀ ਦਾਤਾ ਈਸ਼ਰ ਏਕ ਵਿਚਰੀਏ ਇਹ ਜਾਣੇ ਕਿ ਦਾਤਾ ਵੀ ਇੱਕੋ ਐ ਤੇ ਜਿਹੜਾ ਈਸ਼ਵਰ ਵਾਹਿਗੁਰੂ ਪਰਮੇਸ਼ਰ ਉਹ ਵੀ ਇੱਕੋ ਹੈ ਤੀਰਤ ਵਰਤ ਆਦਕਾਰ ਕਰਮ ਤੀਰਥ ਯਾਤਰਾ ਕਰੇ ਵਰਤ ਰੱਖੇ ਚਾਹੇ ਕਰਮ ਕਰੇ ਇਨਾ ਸਾਰਿਆਂ ਕਰਮਾਂ ਨੂੰ ਕਰਨ ਤੋਂ ਬਾਅਦ ਨੈ ਅਭਿਮਾਨ ਤਰੋ ਜੁਤ ਸ਼ਰਮ ਜਿੰਨੇ ਵੀ ਕਰਮ ਕਰੇ ਜਾਣ ਉਹਨਾਂ ਤੋਂ ਬਾਅਦ ਅਭਿਮਾਨ ਨਾ ਕਰੇ ਵੀ ਮੈਂ ਕੀਤੇ ਨੇ ਕਿਸੇ ਗੁਰੂ ਘਰ ਦੀ ਯਾਤਰਾ ਕਰ ਲਈ ਤੇ ਮਾਣ ਨਾ ਕਰੀ ਫਿਰੇ ਜਾਂ ਕੋਈ ਹੋਰ ਚੰਗਾ ਕੰਮ ਕਰ ਲਿਆ ਉਹਦਾ ਮਾਣ ਇਹਦਾ ਮਾਣ ਨਹੀਂ ਕਰਨਾ ਭਾਈ ਦਇਆ ਸਿੰਘ ਜੀ ਕਹਿੰਦੇ ਜਿੰਨੇ ਤੁਸੀਂ ਚੰਗੇ ਕਰਮ ਕਰਦੇ ਹੋ ਉਨੂਆਂ ਨੂੰ ਕਰਨ ਤੋਂ ਬਾਅਦ ਉਹਦਾ ਹੰਕਾਰ ਨਹੀਂ ਕਰਨਾ ਮਾਣ ਨਹੀਂ ਕਰਨਾ ਕਰੇ ਸੁਕਰਮ ਧਰੇ ਅਭਿਮਾਨ ਜਿਹੜਾ ਕਰਮ ਕਰਕੇ ਅਭਿਮਾਨ ਕਰਦਾ ਵੀ ਮੈਂ ਕੀਤਾ ਮੈਂ ਕਰਦਾ ਮੈਂ ਆ ਕੀਤਾ ਮੈਂ ਉਹ ਕੀਤਾ ਜਿਹੜਾ ਕਹਿੰਦੇ ਕਰਮ ਕਰਕੇ ਆਪਣੇ ਮਨ ਚ ਉਹਨਾਂ ਕਰਮਾਂ ਦਾ ਅਭਿਮਾਨ ਰੱਖਦਾ ਨਿਪਲ ਜਾਤ ਜਿਉਂ ਗਾਜੀ ਸ਼ਨਾਣ ਬਾਦਸ਼ਾਹ ਕਹਿੰਦੇ ਉਹਦੇ ਜਿੰਨੇ ਕਰਮ ਧਰਮ ਨੇ ਜੇ ਮਾਣ ਨਾਲ ਕੀਤੇ ਨੇ ਇਦਾਂ નિષ્ਫਲ ਜਾਂਦੇ ਨੇ ਜਿਵੇਂ ਹਾਥੀ ਦਾ ਇਸ਼ਨਾਨ ਕੀਤਾ ਨਿਸ਼ਫਲ ਹੈ ਹਾਥੀ ਇੱਕ ਵਾਰੇ ਨਹਾ ਕੇ ਬਾਹਰ ਆਉਂਦਾ ਦੂਜੇ ਸਿਰਿਓ ਨਾਲ ਹੀ ਸੋਂਡ ਦੀ ਭਾਰ ਕੇ ਮਿੱਟੀ ਦੀ ਤੇ ਉਹ ਸਿਰ ਤੇ ਪਾ ਕੇ ਸਾਰਾ ਪਿੰਡਾ ਫਿਰ ਮਿੱਟੀ ਨਾਲ ਪਰ ਲੈਂਦਾ। ਨਾ ਕੇ ਆਇਆ ਬਾਹਰ ਸਾਫ ਸਰੋਵਰ ਵਿੱਚੋਂ ਤਲਾਬ ਵਿੱਚੋਂ ਬਾਹਰ ਆਉਂਦਿਆਂ ਫਿਰ ਮਿੱਟੀ ਪਾ ਲਈ। ਇਦਾਂ ਜਿਹੜੇ ਕੋਈ ਚੰਗੇ ਕਰਮ ਕਰਕੇ ਨਾਲ ਮਾਣ ਕਰਦੇ ਐ ਉਹ ਨਾ ਪਹਿਲਾਂ ਚੰਗੇ ਕੰਮ ਕਰਕੇ ਇਸ਼ਨਾਨ ਕਰ ਲਿਆ ਮੁੜ ਕੇ ਉੱਤੇ ਹੰਕਾਰ ਦੀ ਫਿਰ ਮਿੱਟੀ ਪਾ ਲਈ ਫਿਰ ਫਾਇਦਾ ਕੀ ਹੋਇਆ? ਤਾਂ ਅਨੁਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਤੀਰਥ ਭਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿ ਫਲ ਜਾਤ ਤੇ ਜਿਉ ਕੂੰਚਰ ਇਸ ਨਾਨ ਨਵੇਂ ਪਾਤਸ਼ਾਹ ਇੰਨੇ ਪਿਆਰੇ ਮਿੱਠੇ ਬੋਲ ਬੋਲਦੇ ਆ ਕਹਿੰਦੇ ਭਈ ਤੀਰਥਾਂ ਤੇ ਯਾਤਰਾ ਕਰਕੇ ਵਰਤ ਰੱਖ ਕੇ ਦਾਨ ਪੁੰਨ ਕਰਕੇ ਮੁੜ ਕੇ ਮਨ ਚ ਗੁਮਾਨ ਕਰੋ ਕਹਿੰਦੇ ਇਦਾਂ નિਸ਼ਫਲ ਨੇ ਜਿਵੇਂ ਹਾਥੀ ਦਾ ਨਹਾਣਾ નિਸ਼ਫਲ ਹੈ ਜਿਵੇਂ ਹਾਥੀ ਦਾ ਨਾਤਾ ਪ੍ਰਵਾਣ ਨਹੀਂ ਹੈ ਆਪਣੋ ਜਸ ਪਰ ਨਿੰਦ ਨਾ ਕਹੇ ਆਪਣੀ ਉਪਮਾ ਨਾ ਕਰੇ ਆਪਣੇ ਮੂੰਹੋਂ ਤੇ ਦੂਜੇ ਦੀ ਨਿੰਦਾ ਨਾ ਕਰੇ ਆਪਣੇ ਮਖੋਂ ਆ ਦੋਵੇਂ ਕੰਮ ਆਪਣੀ ਵਡਿਆਈ ਨਹੀਂ ਕਹਿਣੀ ਕਹਦੇ ਆਪਣੇ ਮੁਖੋਂ ਅਸੀਂ ਆਪਣੇ ਕੀਤੇ ਕੰਮ ਹੀ ਦੱਸਦੇ ਆ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਫਲਾਣੀ ਥਾਂ ਤੇ ਆ ਚੰਗਾ ਕੰਮ ਕੀਤਾ ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਬਣਨਾ ਸਿੱਖ ਨੇ ਤੁਸੀਂ ਜੋ ਕਰੋ ਦੁਨੀਆ ਆਖੇ ਵੇਖ ਕੇ ਆਖੇ ਵੀ ਹਾਂ ਫਲਾਣੇ ਨੇ ਕੀਤਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ ਪਏ ਆਪਣੇ ਮੂੰਹੋਂ ਕਰੀ ਆਪਣੇ ਉਪਮਾ ਨਹੀਂ ਕਰਨੀ ਦੂਜਾ ਆਪਣੇ ਮੂੰਹੋਂ ਕਦੇ ਕਿਸੇ ਦੀ ਨਿੰਦਾ ਵੀ ਨਹੀਂ ਕਰਨੀ ਹਾਂਜੀ ਕਾਹੇ ਤਾਂ ਇਸ ਤੇ ਪੀ ਅਗ ਲਹੇ ਕਹਿੰਦੇ ਜੇ ਇਦਾਂ ਕਵੇ ਨਾ ਆਪਣੇ ਮੂੰਹੋਂ ਆਪਣੀ ਉਪਮਾ ਤੇ ਦੂਜੇ ਦੀ ਨਿੰਦਾ ਕਵੇ ਭਾਈ ਦਇਆ ਸਿੰਘ ਜੀ ਕਹਿੰਦੇ ਇਹਦਾ ਬੜਾ ਵੱਡਾ ਪਾਪ ਲੱਗਦਾ ਹੈ ਇਹਦਾ ਬੜਾ ਵੱਡਾ ਗੁਨਾਹ ਲੱਗਦਾ ਹੈ ਦਾਨ ਕਰਿਓ ਮੁਖ ਤੇ ਨੈ ਭਾਖੈ ਜੇ ਤੁਸੀਂ ਦਾਨ ਕੀਤਾ ਤੇ ਉਹ ਵੀ ਆਪਣੇ ਮੂੰਹੋਂ ਨਹੀਂ ਬੋਲ ਕੇ ਦੱਸਣਾ ਵੀ ਮੈਂ দান ਕੀਤਾ ਮੈਂ ਇੰਨਾ ਪੈਸਾ ਫਲਾਣੀ ਥਾਂ ਤੇ ਦਿੱਤਾ ਮੈਂ ਕੋਈ ਨੋਟ ਵੀ ਮੱਥਾ ਟੇਕਣਾ ਹੋਵੇ ਨਾ ਕਈ ਐਨ ਵਿਖਾ ਕੇ ਉਹਨੂੰ ਕੜਕਦਾ ਕੜਕਦਾ ਜਾਂ ਬੱਤੀ ਜੀ ਵਟ ਕੇ ਇਦਾਂ ਸਾਰੇ ਪਾਸੇ ਵਿਖਾਉਂਦੇ ਵਿਖਾਉਂਦੇ ਫੇਰ ਆ ਕੇ ਨਾਲੇ ਰਾਗੀ ਸਿੰਘ ਨੂੰ ਰੱਖਿਆ ਨਾਲੇ ਮਹਾਰਾਜ ਜੀ ਦੇ ਇਹ ਨਹੀਂ ਵਿਧਾਨ ਹੈ ਜਿਹੜਾ ਦਾਨੀਆਂ ਦਾਨ ਕਰਨ ਵਾਲਾ ਉਹ ਦਾਨ ਕਰਕੇ ਵਿਖਾਵਾ ਨਾ ਕਰੇ ਦੱਸਦਾ ਨਾ ਫਿਰੇ ਇੱਕ ਮਹਾਂਪੁਰਸ਼ ਕਹਿੰਦੇ ਐ ਉਹ ਕਹਿੰਦਿਆ ਵੀ ਤਿੰਨ ਚੀਜ਼ਾਂ ਚੇਤੇ ਰੱਖੋ ਦਾਨ ਦਿਓ ਰਜਾ ਕੇ ਤੇ ਰਜਾ ਕੇ ਫਿਰ ਉੱਥੇ ਜਾ ਕੇ ਜਿੱਥੇ ਉਹ ਹਨ ਉਹ ਨੂੰ ਨਾ ਤੁਹਾਡੇ ਤਾਂ ਹੀ ਆਉਣਾ ਪਏ ਤੇ ਫਿਰ ਤੀਜਾ ਛਿਪਾ ਕੇ ਛਿਪਾ ਕੇ ਦਾ ਮਤਲਬ ਹੈ ਵੀ ਤੁਸੀਂ ਆਪਣੇ ਹੱਥ ਨਾਲ ਸੱਜੇ ਨਾਲ ਦਾਨ ਕੀਤਾ ਤੁਹਾਡੇ ਖੱਬੇ ਨੂੰ ਮਾਣ ਨਹੀਂ ਹੋਣਾ ਚਾਹੀਦਾ ਉਹਨੂੰ ਨਾ ਪਤਾ ਹੋਵੇ ਤੋ ਭਾਈ ਦਇਆ ਸਿੰਘ ਜੀ ਕਹਿੰਦੇ দান ਕਰਿਓ ਮੁਖ ਤੇ ਨਹ ਭਖੈ ਕਦੇ ਆਪਣੇ ਮੂੰਹੋਂ ਨਾ ਕਹੇ ਜੀ ਮੈਂ ਬੜੇ ਦਾਨਪੁਨ ਕਰਦਾ ਹਾਂ ਸਦਾ ਛਪਾਵਨ ਕੋ ਅਬਿਲਾਖੈ ਸਗੋ ਦਾਨ ਕਰਕੇ ਉਹਨੂੰ ਛਪਾਵੇ ਤਾਂ ਹੀ ਉੱਗੇਗਾ ਨਾ ਉਹ ਜੇ ਬੀਜ ਉੱਤੇ ਹੀ ਐਦਾਂ ਜ਼ਮੀਨ ਤੇ ਸੁੱਟ ਦਿੱਤਾ ਤੇ ਉਹਨੇ ਥੋੜੀ ਉਗਣਾ ਜਦੋਂ ਉਹਨੂੰ ਮਿੱਟੀ ਦੇ ਵਿੱਚ ਬੀਜ ਗਏ ਉੱਤੇ ਮਿੱਟੀ ਪੈ ਗਈ ਲੁਕੇਗਾ ਵਿੱਚ ਫੇਰੀਓ ਨੇ ਉਗਣਾ ਜੇ ਉੱਤੇ ਪਿਆ ਰਹਿ ਗਿਆ ਤੇ ਉਤੇ ਲੈ ਜਾਣਾ ਪੰਛੀਆਂ ਨੇ ਚੁਗ ਕੇ ਜਾਂ ਉੱਤੇ ਹੀ ਪਿਆ ਸੁੱਕ ਸੜ ਜਾਣਾ ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ দান ਦੇ ਕੇ মুখ ਤੋਂ ਨਾ ਕਹੇ ਸਗੋਂ ਨੂੰ ਛੁਪਾ ਕੇ ਰੱਖੇ ਭਾਵ ਇਹ ਪ੍ਰਗਟਿਨਾ ਹੋਣ ਦੇਵੇ ਕਿ ਅਸੀਂ ਦਾਨ ਕੀਤਾ ਜਾਂ ਮੈਂ ਦਾਨ ਕੀਤਾ ਮਿੱਠ ਬੋਲਣਾ ਹੁਣ ਮਿੱਠ ਬੋਲਣ ਦਾ ਉਪਦੇਸ਼ ਦਿੰਦੇ ਹਨ ਮਧੁਰ ਕਹੇ ਸਭ ਕੋ ਤ੍ਰਿਪਤਾਵੈ ਔਰ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਔ ਸੰਮਲ ਥਕੀ ਜੀ ਓ ਕਦੇ ਨਾ ਬੋਲੇ ਕਉਰਾ ਮਿੱਠ ਬੋਲੜਾ ਜੀ ਸਤਗੁਰੂ ਜੀ ਮਿੱਠ ਬੋਲੜੇ ਨੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਵਾਹ ਗੁਰੂ ਬੜੇ ਪਿਆਰੇ ਮਿੱਠੇ ਬੋਲ ਨੇ ਤੁਹਾਡੇ ਮਿੱਠੇ ਬਚਨ ਨੇ ਸਤਗੁਰ ਬਚਨ ਤੁਮਾਰੇ ਮਹਾਰਾਜ ਜੀ ਦੇ ਬਚਨ ਜਿਹੜਿਆ ਬੜੇ ਮਿੱਠੇ ਨੇ ਕਿਉਂਕਿ ਸਤਗੁਰੂ ਜੀ ਮਿੱਠ ਬੋਲੜੇ ਨੇ ਇਸ ਕਰਕੇ ਸਿੰਘੋ ਭਾਈ ਦਇਆ ਸਿੰਘ ਜੀ ਕਹਿੰਦਿਆ ਮਧਰ ਕਹ ਸਭ ਕੋ ਤ੍ਰਿਪਤਾਵੈ ਮਿੱਠੇ ਬੋਲ ਬੋਲ ਕੇ ਸਾਰਿਆਂ ਦੇ ਹਿਰਦਿਆਂ ਨੂੰ ਠੰਡਾ ਕਰੇ ਜਿਹੜਾ ਆਵੇ ਉਹਨੂੰ ਬਿਠਾ ਜੀ ਆਓ ਜੀ ਜੀ ਆਇਆਂ ਨੂੰ ਜੀ ਪਿਆਰ ਨਾਲ ਦੋ ਸ਼ਬਦ ਕਹਿ ਕੇ ਕਿੰਨੀ ਇਹਦੇ ਚ ਕੀ ਕਾਦੀ ਕਜੂਸੀ ਕਰਨੀ ਹੋਈ ਆਉਂਦੇ ਨੂੰ ਅੱਗੋਂ ਵੱਟਾ ਮਾਰਨਾ ਪਿੱਛੇ ਅੱਟ ਪਿੱਛੇ ਅੱਟ ਹੱਥ ਨਹੀਂ ਲਾਉਣਾ ਇਹ ਪੇਟ ਨਾ ਜਾਏ ਚੀਜ਼ ਇੱਥੇ ਕਿਤੇ ਮਾੜਾ ਹੱਥ ਨਹੀਂ ਲਾਣਾ ਕਰੋਨਾ ਤਾਂ ਹੁਣ ਆਇਆ ਨਾ ਉਹ ਪਹਿਲਾਂ ਹੀ ਕਹੀ ਏਦਾਂ ਪਿੱਛੇ ਕਰ ਲੋ ਹੱਥ ਦਾ ਨਾ ਹੱਥ ਨਹੀਂ ਲਾਉਣਾ ਤੁਸੀਂ ਅਗੇ ਨਹੀਂ ਆਉਣਾ ਜੀ ਇਹ ਸੁੱਚੀ ਸੱਚੀ ਚੀਜ਼ ਹੈ ਜੀ ਉਹ ਆਉਂਦੇ ਦਾ ਹੀ ਮਨ ਤੋੜ ਦੇਣਾ ਇਹ ਕਿਹੜਾ ਮਿੱਠ ਬੋਲੜਾ ਹੋਣ ਦਾ ਹਿਸਾਬ ਹੈ ਮਿੱਠ ਬੋਲੜਾ ਜੀ ਭਾਈ ਮਿੱਠੇ ਬੋਲ ਬੋਲਣੇ ਆਪਣੀ ਰਸਨਾ ਤੋਂ ਕਹਿ ਕੇ ਜਿਸ ਕਿਸੇ ਦਾ ਹਿਰਦਾ ਸ਼ਾਂਤ ਕਰ ਦੇ ਆਓ ਮਹਾਰਾਜ ਜੀ ਬੈਠੋ ਜੀ ਜੀ ਆਇਆਂ ਨੂੰ ਤੋਂ ਇਦਾਂ ਮਿੱਠੇ ਬੋਲਣ ਦੇ ਨਾਲ ਇਹਦੇ 'ਚ ਕੁਝ ਪੈਸਾ ਵੀ ਨਹੀਂ ਖਰਚ ਹੋਇਆ ਇਹਦੇ 'ਚ ਕਾਹਦੀ ਕੰਜੂਸੀ ਕਰਨੀ ਵਿਦਵਾਨ ਕਹਿੰਦੇ ਤੋ ਕਿਸੇ ਦਾ ਹਿਰਦਾ ਤ੍ਰਿਪਤਾਉਣਾ ਇਦਾਂ ਦੇ ਬੋਲ ਬੋਲਣੇ ਫਿੱਕਾ ਬੋਲ ਨਾ ਕਿਸੇ ਨੂੰ ਦਿਖਾਵੇ ਫਿੱਕਾ ਬੋਲ ਬੋਲ ਕੇ ਕਦੇ ਨਾ ਕਿਸੇ ਨੂੰ ਦਿਖਾਵੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਕਹਿੰਦੇ ਆ ਫਿੱਕਾ ਬੋਲਿਆ ਤਨ ਮਨ ਦੋਵੇਂ ਫਿੱਕਾ ਹੋ ਜਾਂਦੇ ਹਨ ਮਨਮੁਖ ਫਿੱਕਾ ਆਲਾਉ ਵਚਨ ਕਹੈ ਸਤਿਗੁਰਾਂ ਨੇ ਜਿਹੜਾ ਮਨਮੁਖ ਹੈ ਉਹ ਫਿੱਕਾ ਬੋਲਦਾ ਹੈ ਪਰ ਕੋਈ ਕਹੇ ਹੁਣ ਫਿੱਕਾ ਬੋਲੀ ਜੇ ਆ ਕੇ ਸਿਰੇ ਚੜ ਕੇ ਬੋਲੀ ਜੇ ਪਹਿਲਾਂ ਤਾਂ ਸੁਣੀ ਜੇ ਪਰ ਕਈ ਵਾਰੀ ਕਈਆਂ ਦਾ ਸੁਭਾਅ ਹੁੰਦਾ ਉਹ ਕਹਿੰਦੇ ਆ ਡਰੀ ਜਾਂਦਾ ਮੇਰੇ ਕੋਲ ਬੋਲਦਾ ਨਹੀਂ ਫਿਰ ਅੱਗੋਂ ਉਹਨੂੰ ਦੇਣਾ ਵੀ ਪੈਂਦਾ ਚੰਡੀ ਦੀ ਵਾਰ ਵੀ ਪੜ ਲੈਨੇ ਆਪਾਂ ਕਦੇ ਕਦੇ ਤੇ ਇਸ ਕਰਕੇ ਫਿੱਕਾ ਬੋਲਣਾ ਹੀ ਨਹੀਂ ਹੈ ਨਾਨਕ ਫਿੱਕਾ ਬੋਲਿਆ ਤਾਂ ਫਿੱਕਾ ਬੋਲਿਆ ਤਨਮਨ ਫਿੱਕਾ ਹੋਇਆ ਤੋ ਮਾਨਵਕ ਫਿੱਕਾ ਆਲਾਓ ਭਾਈ ਦਇਆ ਸਿੰਘ ਜੀ ਕਹਿੰਦੇ ਫਿੱਕਾ ਨਹੀਂ ਬੋਲਣਾ ਪਰ ਜਦੋਂ ਜੰਗ ਦੇ ਮੈਦਾਨ 'ਚ ਸਿੰਘ ਲੜਦੇ ਹੋਣਗੇ ਉਦੋਂ ਬੰਗਾਰ ਦੇ ਨੇ ਦੁਸ਼ਮਣ ਨੂੰ ਉਦੋਂ ਵੀਰ ਅਸੀਂ ਬੋਲ ਉਹ ਸਮੇਂ-ਸਮੇਂ ਦੀ ਪ੍ਰਸਥਿਤੀ ਹੁੰਦੀ ਹੈ ਹਾਂਜੀ ਧਰਮ ਕਿਰਤ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੰਦੇ ਨੇ ਧਰਮ ਕਰਤ ਕਰ ਦਰਬ ਕਮਾਵੇ ਧਰਮ ਦੀ ਕਿਰਤ ਕਰਕੇ ਯਾਨੀ ਕਿ ਇਮਾਨਦਾਰੀ ਨਾਲ ਮਿਹਨਤ ਕਰਕੇ ਧਨ ਕਮਾਵੇ ਵੰਡ ਛਕਣਾ ਫਿਰ ਉਹਨੂੰ ਵੰਡ ਕੇ ਛਕਣ ਦਾ ਹੁਕਮ ਕਰਦੇ ਨੇ ਭਾਈ ਦਇਆ ਸਿੰਘ ਜੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਦ੍ਰਿੜ ਕਰਾਉਂਦੇ ਆ ਖਾਲਸੇ ਨੂੰ ਵੰਟ ਅਤਿਥੀਨ ਕੋ ਪੁਨ ਖਾਵੇ ਕਹਿੰਦੇ ਵੰਡ ਕੇ ਛਕਣਾ ਹੈ ਤਿਥੀ ਪਰਉਣਾ ਆ ਜੇ ਉਹਨੂੰ ਵੰਡ ਕੇ ਕਹਿੰਦੇ ਛਕਣ ਦੀ ਬਿਰਤੀ ਰੱਖਣੀ ਹੈ ਸਵੱਛਤਾ ਹੁਣ ਪਵਿੱਤਰਤਾ ਵੀ ਰੱਖਣੀ ਹੈ ਸਵੱਛਤਾ ਵੀ ਰੱਖਣੀ ਉਹ ਕਿਹੜੀ ਦੱਸਦੇ ਨੇ ਉਪਰ ਵਸਤਰ ਨਾ ਰਖੇ ਮਲੀਨ ਮਲੇ ਕੱਪੜੇ ਨਾ ਪਾਵੇ ਆਪਣੇ ਤਨ ਤੇ ਜਿਹੜਾ ਸਿੱਖ ਹੈ ਮਲਨ ਕੱਪੜੇ ਨਾ ਪਾਵਿਆਂ ਦੇਵਤਾ ਬਣ ਕੇ ਰਹੇ ਆਪਣੇ ਵਸਤਰਾਂ ਨੂੰ ਧੋ ਕੇ ਸਵੱਛ ਕਰਕੇ ਤਨ ਤੇ ਧਾਰਨ ਕਰੇ ਤਿਮ ਕਾਇਆ ਕੋ ਨਿਤ ਮਲਹੀਨ ਜਿੱਥੇ ਕੱਪੜੇ ਸ਼ੁੱਧ ਰੱਖਣੇ ਸਰੀਰ ਵੀ ਸ਼ੁੱਧ ਰੱਖਣਾ ਹੈ ਮਹਾਰਾਜ ਜੀ ਨੇ ਜਿੱਥੇ ਅੰਤਸ਼ ਕਰਨ ਦੀ ਸ਼ੁੱਧੀ ਦੱਸੀ ਹੈ ਉਥੇ ਸਰੀਰ ਦੀ ਸ਼ੁੱਧੀ ਵੀ ਦੱਸੀ ਹੈ ਕਿ ਸਰੀਰ ਨੂੰ ਵੀ ਸਾਫ਼ ਸੁਥਰਾ ਰੱਖਣਾ ਮੈਲ ਤੋਂ ਰਹਿਤ ਰੱਖਣਾ ਹੈ ਕਹਿਣ ਤੋਂ ਭਾਵ ਤਨ ਦੀ ਨਿਰਮਲਤਾ ਜਿਹੜੀ ਆ ਅਰੋਗਤਾਈ ਬਖਸ਼ਦੀ ਹੈ। ਸਰੀਰ ਮੈਲਾ ਕੁਚੈਲਾ ਰਹੇ ਮੈਲੇ ਕੁਚੈਲੇ ਕੱਪੜੇ ਪਾਏ ਹੋਣ ਤੇ ਸਰੀਰ ਦੇ ਫਿਰ ਅੰਦਰ ਸਰੀਰ ਵੀ ਫਿਰ ਬਿਮਾਰ ਰਹਿੰਦਾ ਹੈ, ਰੋਗਾਗ੍ਰਸਤ ਹੋ ਜਾਂਦਾ ਹੈ। ਇਸ ਕਰਕੇ ਭਾਈ ਸਰੀਰ ਵੀ ਸੁਵੱਛ ਰੱਖਣਾ ਤਾਂ ਜੋ ਹਿਰਦਾ ਵੀ ਸੁਵੱਛ ਉਹ ਤਾਂ ਰੱਖਣਾ ਹੀ ਰੱਖਣਾ ਹੈ ਗੁਰਬਾਣੀ ਪੜ੍ਹਨ ਦੇ ਨਾਲ। ਹਾਂਜੀ। ਕੁਸੰਗ ਕੁਸੰਗ ਨਹੀਂ ਕਰਨਾ ਜਿਹੜੇ ਖੋਟੇ ਲੋਕ ਨੇ ਪੈੜੀ ਬਿਰਤੀ ਰੱਖਣ ਵਾਲੇ ਕੁਸੰਗੀ ਨੇ ਉਹਨਾਂ ਦਾ ਸੰਗ ਨਹੀਂ ਕਰਨਾ ਹੁਣ ਉਹ ਦੱਸਦੇ ਹਨ ਚੋਰ, ਯਾਰ, ਬਟਪਾਰ, ਜੋਾਰੀ ਇਹਦਾ ਕਿਹਦਾ ਸੰਗ ਨਹੀਂ ਕਰਨਾ ਸੁਣੋ ਬਈ ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜੇ ਕੁਸੰਗੀ ਨੇ ਉਹ ਕਿਹੜੇ-ਕਿਹੜੇ ਕੁਸੰਗੀ ਆ ਜਿਨ੍ਹਾਂ ਦਾ ਸੰਗ ਨਹੀਂ ਕਰਨਾ ਪਹਿਲੇ ਨੇ ਚੋਰ ਚੋਰਾ ਦਾ ਸੰਗ ਨਹੀਂ ਕਰਨਾ ਚੋਰਾਾਂ ਵਿੱਚ ਉੱਠਣਾ ਬੈਠਣਾ ਹੋਵੇਗਾ ਤਾਂ ਸਮਾਜਿਕ ਤੌਰ ਦੇ ਉੱਤੇ ਵੀ ਲੋਕਾਂ ਦਾ ਬਹਿਸ਼ਕਾਰ ਮਿਲਦਾ ਹੈ ਧਾਰਮਿਕ ਤੌਰ ਤੇ ਤਾਂ ਹੈ ਹੀ ਐ ਸਮਾਜਿਕ ਤੌਰ ਤੇ ਵੀ ਲੋਕ ਭਵੇਂ ਆਪ ਚੋਰੀ ਨਾ ਕਰੇ ਚੋਰਾ ਚ ਬੈਠਾ ਹੋਵੇ ਲੋਕ ਇਹੀ ਕਹਿੰਦੇ ਇਹਦਾ ਵੀ ਹਿੱਸਾ ਹੁੰਦਾ ਨਾਲ ਇਹ ਵੀ ਚੋਰ ਐ ਪੁਲਿਸ ਵਾਲੇ ਫੜ ਲੈਣ ਤੇ ਉਹਨੂੰ ਵੀ ਫੜ ਲੈਂਦੇ ਜਿਹਨੇ ਨਾ ਕੀਤੀ ਹੋਵੇ ਨਾਲ ਉਦਾਂ ਖਲੋਤਾ ਹੋਵੇ ਫੜ ਕੇ ਲੈ ਜਾਂਦੇ ਐ ਉਹਦੇ ਵੀ ਪੁੱਛਗਿਛ ਤਾਂ ਹੁੰਦੀ ਐ ਨਾ ਇਸ ਕਰਕੇ ਭਾਈ ਚੋਰ ਦਾ ਸੰਗ ਨਹੀਂ ਕਰਨਾ ਦੂਸਰਾ ਜਿਹੜੇ ਮਾੜੀਆਂ ਬਿਰਤੀਆਂ ਰੱਖਣ ਵਾਲੇ ਯਾਰੀਆਂ ਲਾਣ ਵਾਲੇ ਬਾਰ ਇਸਤਰੀਆਂ ਦੇ ਗਾਮੀ ਲੋਕ ਨੇ ਵਿਭਚਾਰੀ ਲੋਕ ਨੇ ਉਹਨਾਂ ਦੀ ਸੰਗਤ ਨਹੀਂ ਕਰਨੀ ਬਟਪਾਰ ਬਟਪਾਰ ਰਾ ਮਾਰ ਜਿਹੜੇ ਠੱਗ ਹੁੰਦੇ ਐ ਜਿਹੜੇ ਰਸਤਾ ਚ ਖੋਲੋਹਾ ਖੋਲੋ ਕੇ ਲੁੱਟ ਖੋਹਾ ਕਰਦੇ ਨੇ ਉਹਨਾਂ ਨੂੰ ਬਟਪਾਰ ਕਹਿੰਦੇ ਨੇ ਇਹਨਾਂ ਦਾ ਸੰਗ ਨਹੀਂ ਕਰਨਾ ਤੇ ਜੇ ਪਤਾ ਹੈ ਵੀ ਇਹ ਬੰਦਾ ਇਦਾਂ ਦਾ ਫਿਰ ਉਹਦਾ ਸੰਗ ਨਹੀਂ ਕਰਨਾ ਹੈ ਉਹਦੇ ਕੋਲ ਭਵੇਂ ਸੱকা ਰਿਸ਼ਤੇਦਾਰੀ ਕਿਉਂ ਨਾ ਹੋਵੇ ਤੋਂ ਜੁਵਾਰੀ ਜਿਹੜਾ ਜੂਆ ਖੇਡਣ ਵਾਲਾ ਉਹਦਾ ਵੀ ਸਿੱਖ ਨੇ ਸੰਗ ਨਹੀਂ ਕਰਨਾ ਹੈ ਕਿਉਂਕਿ ਇਹੋ ਜਿਹਿਆਂ ਦੀ ਸੰਗਤ ਕਰਕੇ ਉਹਨਾਂ ਦਾ ਰੰਗ ਆਉਣਾ ਸ਼ੁਰੂ ਹੋ ਜਾਂਦਾ ਹੈ ਕਈ ਜੁਵਾਰੀ ਹੁੰਦੇ ਨੇ ਭਾਵੇਂ ਗੁਰਸਿੱਖਾਂ ਦੇ ਬਾਣੇ 'ਚ ਹੋਣ ਫਿਰ ਵੀ ਜੂਆ ਖੇਡਦੇ ਨੇ ਐਸੇ ਵੇਖਣ ਵਿੱਚ ਆਉਂਦੇ ਆ ਉਹ ਜੂਆ ਵੱਖਰੇ ਤਰੀਕੇ ਦਾ ਵੀ ਆ ਟਿਕਟਾਂ ਵਗੈਰਾ ਜਿਹੜੀਆਂ ਹੁੰਦੀਆਂ ਨੰਬਰ-ਨੰਬਰ ਲਾਉਂਦੇ ਆ ਪਤਾ ਨਹੀਂ ਕਿਦਾਂ ਉਹ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮੇ ਦਾ ਉੱਤੇ ਨੰਬਰ ਵੇਖ ਕੇ ਜਾਂਦੇ ਕਈ ਇਹੋ ਜਿਹੇ ਜੁਵਾਰੀ ਵੀ ਐਣ ਵੀ ਆਜ ਹੁਕਮਨਾਮੇ ਦਾ ਜਿਹੜਾ ਉੱਤੇ ਨੰਬਰ ਲਾਇਆ ਇਹਦੇ ਤੇ ਸੱਟਾ ਲਾਉਣਾ ਹੈ ਤੋ ਏਦਾਂ ਦੀਆਂ ਬਿਰਤੀਆਂ ਵਾਲਿਆਂ ਦਾ ਜੇ ਪਤਾ ਵੀ ਹੈਣ ਏਦਾਂ ਦੇ ਲੋਕ ਸਾਨੂੰ ਸਮਾਜ ਵਿੱਚ ਵੇਖਣ ਚ ਮਿਲ ਹੀ ਜਾਂਦੇ ਆ ਉਹਨਾਂ ਦਾ ਸੰਗ ਨਹੀਂ ਕਰਨਾ ਉਹਨਾਂ ਦਾ ਤਿਰਸਕਾਰ ਕਰਨਾ ਇਹੋ ਜੇ ਮਲੇਚਾਂ ਦਾ ਜਵਾਰੀਆਂ ਦਾ ਵੀ ਸੰਗ ਨਹੀਂ ਕਰਨਾ ਤ੍ਰਿੱਤ ਕਨ ਬੰਚਕ ਛਲੀ ਕੁਚਾਰੀ ਜਿਹੜਾ ਕਿਰਤ ਕਰਨ ਬੰਦਾ ਹੈ ਜਿਹੜਾ ਕਿਸੇ ਦੀ ਕੀਤੀ ਨੂੰ ਨੇਕੀ ਨੂੰ ਖੂਚ ਪਾ ਦੇਵੇ ਉਹਦੀ ਭੰਡੀ ਕਰੇ ਜੇ ਦੀ ਕਿਸੇ ਨੇ ਨੇਕੀ ਕੀਤੀ ਸਗੋ ਉਹਦਾ ਮਾੜਾ ਬੋਲੇ ਉਹਦਾ ਮਾੜਾ ਉਹਦਾ ਮਾੜਾ ਸੋਚੇ ਮਾੜਾ ਕਰੇ ਇਹੋ ਜਾਂ ਜਿਹੜਾ ਕਿਰਤ ਘਣ ਬੰਦਾ ਉਹਦੀ ਵੀ ਸੰਗਤ ਨਹੀਂ ਕਰਨੀ ਸਿੱਖ ਨੇ ਕਿਉਂਕਿ ਸਿੱਖ ਨਾ ਸ਼ੁਕਰਾਂ ਨਾ ਹੋਵੇ ਸਿੱਖ ਹਮੇਸ਼ਾ ਆਪਣੇ ਰੱਬ ਦੇ ਸ਼ੁਕਰ ਚ ਜੁੜਿਆ ਰਹੇ ਇਸ ਕਰਕੇ ਨਸ਼ੁਕਰਿਆਂ ਦਾ ਸੰਗ ਨਹੀਂ ਕਰਨਾ ਕਿਰਤ ਘਣਾਂ ਦਾ ਜਿਹੜੇ ਬੰਚਕ ਨੇ ਠਗੀਆਂ ਕਰਨ ਵਾਲੇ ਹਨ ਠੱਗੀ ਕਿਵੇਂ ਕਰਦੇ ਕਈ ਤਿਰਯਾਜਕਲ ਤਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਬੜੀਆਂ ਬੜੀਆਂ ਏਜੰਸੀਆਂ ਜੀਆਂ ਬਣਾ ਕੇ ਠੱਗੀਆਂ ਹੁੰਦੀਆਂ ਨੇ ਇਹੋ ਜਿਹੇ ਠੱਗਾਂ ਦਾ ਸੰਗ ਨਹੀਂ ਕਰਨਾ ਹੈ ਜਿਹੜੇ ਠੱਗੀਆਂ ਕਰਦੇ ਨੇ ਜਾਂ ਫਿਰ ਜਿਹੜੇ ਛਲিয়ে ਨੇ ਛਲ ਕਰਨ ਵਾਲੇ ਫਰੇਬ ਕਰਨ ਵਾਲੇ ਬਾਹਰ ਹੋਰ ਅੰਦਰੋਂ ਉਹਨਾਂ ਦਾ ਸੰਗ ਵੀ ਨਹੀਂ ਕਰਨਾ ਕੁਚਾਰੀ ਮਾੜੇ ਚਾਲ ਚੱਲਣ ਵਾਲਾ ਬੰਦਾ ਚਰਿੱਤਰ ਮਾੜਾ ਜਿਸ ਦਾ ਹੋਵੇ ਸਮਾਜ ਵਿੱਚ ਜਿਸ ਨੂੰ ਮਾੜੀ ਨਜ਼ਰ ਨਾਲ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੋਵੇ ਉਹਨਾ ਮਾੜੇ ਆਚਰਣ ਵਾਲਿਆਂ ਦੇ ਨਾਲ ਵੀ ਸੰਗ ਨਹੀਂ ਕਰਨਾ ਸੁਪਨੇ ਮੈਂ ਪੀ ਇਨਕੀ ਸੰਗਤ ਜਦ ਜਾਗਦਿਆਂ ਤਾਂ ਕੀ ਜੇ ਸੁੱਤੇ ਪਏ ਸੁਪਨੇ ਵਿੱਚ ਵੀ ਇਹਨਾਂ ਦੀ ਸੰਗਤ ਨਹੀਂ ਕਰਨੀ ਆਖੋ ਸਤਨਾਮ ਸ੍ਰੀ ਵਾਹਿ ਸੁਪਨੇ ਵਿੱਚ ਵੀ ਇਹੋ ਜਿਹਿਆਂ ਦੀ ਸੰਗਤ ਨਹੀਂ ਕਰਨੀ ਕਰੇ ਨ ਕਬੂ ਥਿਰ ਨ ਪੰਗਤ ਕਦੇ ਨਾ ਦੀ ਪੰਗਤ ਵਿੱਚ ਨਾ ਬੈਠੇ ਕਰਨੀ ਤਾਂ ਕਿਤੇ ਰਹੀ ਕਦੇ ਖਲੋਵੇ ਵੀ ਨਾ ਸੁਪਨੇ ਵਿੱਚ ਵੀ ਨਾ ਸੰਗ ਕਰੇ ਹੋ ਜਾਂ ਦਾ ਵਿਸ਼ੀਨ ਤੇ ਵਿਸ਼ੀਨ ਨਰ ਬੁਰਾ ਕਿਉਂ ਭਲਾ ਕਿਉਂਕਿ ਵਿਸ਼ਈਆਂ ਵਿਸ਼ੇਵਕਾਰਾਂ ਨਾਲੋਂ ਉਹਨਾਂ ਵਿਸ਼ੇਵਕਾਰਾਂ ਨੂੰ ਭੋਗਣ ਵਾਲੇ ਵਿਸ਼ਈ ਜ਼ਿਆਦਾ ਦੁੱਖਦਾਈ ਹੁੰਦੇ ਐ ਉਹਨੇ ਵਿਸ਼ੇ ਦੁੱਖ ਨਹੀਂ ਦਿੰਦੇ ਜਿੰਨਾ ਵਿਸ਼ਈ ਦੁੱਖ ਦਿੰਦਾ ਹੈ ਕਿਵੇਂ ਅੱਗੇ ਉਦਾਹਰਣ ਦਿੰਦੇ ਨੇ ਲਕ ਦੁਰਜਨ ਤਤ ਛਿਨ ਪਰ ਹਰੋ ਜਿਹੜਾ ਦੁਰਜਨ ਖੋਟਾ ਬੰਦਾ ਉਹਦਾ ਸੰਗ ਉਸੇ ਵੇਲੇ ਛੱਡ ਦੇਣਾ ਜਥਾ ਅਗਨ ਤੇ ਲੋਹ ਤਪਾਇਓ ਵਿਸ਼ੇ ਨਾਲੋਂ ਵਿਸ਼ਈ ਕਿਵੇਂ ਬੁਰਾ ਹੁੰਦਾ ਸੁਣੋ ਕਹਿੰਦੇ ਅੱਗ ਦੇ ਉੱਤੇ ਲੋਹਾ ਰੱਖਦੇ ਹੋ ਲੋਹਾ ਤਪ ਜਾਂਦਾ ਨਾ ਗਰਮ ਹੋ ਜਾਂਦਾ ਅੱਗ ਨਾਲੋਂ ਜ਼ਿਆਦਾ ਸਾੜਨ ਵਾਲਾ ਹੋ ਜਾਂਦਾ ਲੋਹਾ ਅੱਗ ਉਹਨਾਂ ਨਹੀਂ ਸਾੜਦੀ ਜਿੰਨਾ ਲੋਹਾ ਸਾੜ ਕੇ ਰੱਖ ਦਿੰਦਾ ਉਹਦੇ 'ਚ ਜ਼ਿਆਦਾ ਅੱਗ ਆ ਜਾਂਦੀ ਹੈ ਹਾਲਾ ਹਾਂਜੀ ਦੀਪਤ ਜਾਤ ਨਾ ਹੱਥ ਛੁਆਵੋ ਜਦੋਂ ਲਾਲ ਸੁਰਖ ਹੋ ਜਾਂਦਾ ਉਹਨੂੰ ਛੋਣ ਨੂੰ ਚਿਤ ਨਹੀਂ ਕਰਦਾ ਉਹ ਅੱਗ ਨਾਲ ਅੱਗ ਹਾਲੇ ਹੌਲੇ ਸਾੜੇਗੇ ਉਹਨੇ ਨਾਲ ਹੀ ਇਕੱਠਾ ਕਰ ਦੇਣਾ ਹੱਥ ਤੇ ਇਦਾਂ ਜਿਹੜਾ ਵਿਸ਼ਾ ਨਾ ਉਹ ਉਹਨਾਂ ਦੁਖਦਾਈ ਨਹੀਂ ਜਿਹੜਾ ਉਹਨਾਂ ਵਿਸ਼ਿਆਂ ਨੂੰ ਭੋਗਣ ਵਾਲਾ ਵਿਸ਼ਈ ਦੁਖਦਾਈ ਹੁੰਦਾ ਚੋਰੀ ਕਰਨ ਵਾਲਾ ਅਤੈਈ ਦੁਖਦਾਈ ਹੋਵੇਗਾ ਉਹਦਾ ਜਿਹੜਾ ਭਾਵ ਹੈ ਚੋਰੀ ਕਰਨ ਦਾ ਉਹ ਘਟ ਹੈ ਪਰ ਜਿਹੜਾ ਚੋਰੀ ਕਰ ਗਿਆ ਕਰਮ ਕਰ ਗਿਆ ਉਹ ਚੋਰੀ ਕਰਨ ਵਾਲਾ ਚੋਰ ਜਿਆਦਾ ਵੱਡਾ ਪਾਪੀ ਹੈ ਉਹਦੇ ਨਾਲੋਂ ਜ਼ਿਆਦਾ ਦੁਖਦਾਈ ਹੈ ਹਾਂਜੀ ਸਤ ਸੰਗ ਹੁਣ ਸਤ ਸੰਗਤ ਬਾਰੇ ਦੱਸਦੇ ਹਾਂ ਜਨ ਸੁਸ਼ੀਲ ਕੀ ਸੰਗਤ ਕਰੀਏ ਜਿਹੜੇ ਸੁਸ਼ੀਲ ਵਰਤੀ ਵਾਲੇ ਸਤ ਪੁਰਸ਼ ਗੁਰ ਸਿੱਖ ਮਹਾਂਪੁਰਖ ਉਹਨਾਂ ਦੇ ਸੰਗਤ ਕਰਨੀ ਹੈ ਜਿਨ ਮਿਲਤੇ ਅਵਗੁਣ ਪਰ ਹਾਰੀਏ ਜਿਨ੍ਹਾਂ ਨਾਲ ਮਿਲ ਕੇ ਔਗਣ ਦੂਰ ਹੋਣ ਉਹਨਾਂ ਦੀ ਸੰਗਤ ਕਰਨੀ ਜਿਨ੍ਹਾਂ ਨਾਲ ਮਿਲ ਕੇ ਸਾਡੀਆਂ ਮਾੜੀਆਂ ਆਦਤਾਂ ਛੁੱਟਣ ਉਹਨਾਂ ਦਾ ਸੰਗ ਜਿਨ੍ਹਾਂ ਨਾਲ ਜੁੜ ਕੇ ਮਾੜੀਆਂ ਆਦਤਾਂ ਲੱਗਣ ਉਹਨਾਂ ਨਾਲ ਨਹੀਂ ਜੁੜਨਾ ਉਹਨਾਂ ਦਾ ਸੰਗ ਕਰਨਾ ਜਿਨ੍ਹਾਂ ਨਾਲ ਮਿਲ ਕੇ ਸਾਡੀਆਂ ਮਾੜੀਆਂ ਆਦਤਾਂ ਛੁੱਟਦੀਆਂ ਜਾਣ ਉਹ ਛੁੜਾ ਦਿੰਦੇ ਆ ਨਾ ਕੋਈ ਕਿਸੇ ਗੁਰਸਿੱਖ ਦੀ ਸੰਗਤ ਕਰਨ ਵਾਲਾ ਕੋਈ ਕੋ ਬੇਕਾਰ ਨਹੀਂ ਆਜ ਉਹ ਹੌਲੇ ਹੌਲੇ ਕਹਿੰਦੇ ਨਾ ਭਾਈ ਆਹ ਕੰਮ ਨਾ ਕਰਿਆ ਕਰ ਆ ਵਿੱਚ ਉਹ ਫਿਰ ਸਹਿਜੇ ਸਹਿਜੋ ਛੱਡਦਾ ਜਿ ਮੰਨ ਲਏ ਫਿਰ ਉਹ ਛੱਡਦਾ ਛੱਡਦਾ ਇੱਕ ਦਿਨ ਉਹਦੇ ਵਰਗਾ ਹੀ ਹੋ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਹੋਰ ਉਪਦੇਸ਼ ਖਾਲਸੇ ਪੰਥ ਨੂੰ ਬਖਸ਼ਿਸ਼ ਕਰ ਰਹੇ ਨੇ ਆਪ ਜੀ ਨੇ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰਨਾ ਗੁਰੂ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਕਥਾ ਹੈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਤ ਨਾਮ ਵਾਹਿ ਗੁਰੂ 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 atena hey. ਸਤਿ へ ਪਾਰ ਬ੍ਰਹਮ ਅਬਨਾਸੀ ਅਗਨਾਸ ਇਹ ਪੁਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਇਹ ਨਿਰਗੁਣ ਸਵਟੇਕ ਜੈ ਗੋਬਿੰਦ ਹੈ ਗੁਣ ਨਿਧਾਨ ਜਾਕੇ ਸਦਾ ਬੇਕ ਇਹ ਅਪਰੰਪਰ ਹਰ ਹਰੇ ਹੈਪੀਓ ਵਨ ਹਾਰੇ ਸਤਿ ਸੰਤ ਕੈ ਸਦਾ ਸੰਗ ਨੀਧਾਰਿਆ ਦਾਰੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਨ ਗੁਨ ਨਹੀਂ ਕੋਈ ਸਾਨਕ ਦੀਜੇ ਨਾਮਦਾਨ ਸੋ ਹੀ ਆਪਰੋਏ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਦ ਦਿਆਲੇ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤਨIAL ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ